दुनिया च कोई ऐसा बंदा मौजूद होएगा कि जिहड़ा बंदा मतलब उन्हूं कम उन्हें छुड़ा दिता होएगा। लेकिन मैं अज भी आया तो साधिया तकरीबन रात के अक्सर 2 बज रहे ने, लेकिन वो अपनी दुकान ला के बैठी हुई है गाहकों के इंतजार। तो असं आए हैं, कोई 1-2 कस्टमर है सन, वो सौदा लैके चले गए ने, मजीद गाहकों ने इंतजार कर रही है। इस हवाले नाल भी साधिया ने असं गल करांगे। बिस्मिल्लाह रहमान रहीम। नाजरीन तुहाडी खिदमत च हाजिर है तुहाडा होस्ट बाबर बेग HDTV तरफों। नाजरीन अज मैं मौजूद हाँ लाहौर, तो मेरे नाल मौजूद है साड़ी बहुत ही प्यारी आर्टिस्ट और साड़ी साथी साड़ी कोलीग साधिया शेख। कुछ अर्सा पहला मैं साधिया के इंटरव्यू देखे मुख्तलिफ चैनलों के, और वो इंटरव्यू जिन्ने वायरल होए मैं ये लग रहा है कि शायद साधिया जड़ा वो जा चुकी होएगी काम छड़ के, कि दुनिया च कोई ऐसा बंदा मौजूद होएगा कि जड़ा बंदा मतलब उन्हें काम उन्हें छड़ा दिता होएगा। लेकिन मैं अज भी आया तो साधिया तकरीबन रात के अक्सर 2 बज रहे ने, लेकिन वो अपनी दुकान ला के बैठी हुई है गाहकों के इंतजार। तो असं आए हैं, कोई 1-2 कस्टमर है सन, वो सौदा लैके चले गए ने, मजीद गाहकों ने इंतजार कर रही है। इस हवाले नाल भी साधिया ने असं गल करांगे कि इन्ने इंटरव्यू देने तो बाद फिर तिखे कुआब क्यों बेची जा रही है, की वजह बनी है, और तिखे कुआब क्यों बेचने पे ने, इस बारे भी असं गल करांगे। मैनू उम्मीद है कि जेडे पहले साधिया के इंटरव्यू ने उन्होंने तुहानू इंटरव्यू मैं कोशिश करांगा बेहतर मिले। उसकी वजह से असी कोलीग हाँ, वो एक दूसरे का दुख दर्द सारा कुछ साधिया साड़ी वो कोलीग है। असी स्ट्रगल भी कट्ठिया वेखिया, कुछ दरम्यान जिहड़ा अच्छा दौर आया वह भी कट्ठिया वेखिया, और फिर वेखिया कि मैं माइक फड़ लिया तो साधिया ने टिक्के कबाब लाने लगे। साधिया ਨਾਲ ਨਾਮ ਗੱਲ ਕਰਨੇ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਹਾਂਜੀ, ਕੀ ਹਾਲ ਹੈ? ਠੀਕ, ਅੱਲਾਹ ਦਾ ਸ਼ੁਕਰ, ਜਿਸ ਹਾਲ ਜੀ ਰੱਬ ਸੋਨਾ ਰੱਖੇ। ਤੇ ਇਹ ਕਿੰਨੀ ਦੇਰ ਹੋ ਗਈ ਹੈ ਟਿੱਕੇ ਸ਼ਿਕੇ ਲਾਇਆ? ਮੈਨੂੰ ਲੋਕਡਾਊਨ ਤੋਂ ਕੋਈ ਮਹੀਨਾ ਪਹਿਲੇ ਹੀ ਲਾਏ ਸਨ, ਉਤੋਂ ਲੋਕਡਾਊਨ ਪੈ ਗਿਆ। ਉਹ ਤੇ ਟਿੱਕੇ ਲਾ ਕੇ ਚੰਗਾ ਨਹੀਂ ਕੀਤਾ ਕਿ ਮਤਲਬ ਲੋਕਡਾਊਨ ਦਾ ਜਿਹੜਾ ਦੌਰ ਹੈ, ਜਿਹੜਾ ਲੋਕਾਂ ਦੇ ਬਹੁਤ ਮੁਸ਼ਕਲ ਦੌਰ ਗੁਜ਼ਰਿਆ, ਤੇ ਟਿੱਕੇ ਕੋ ਆਪ ਲਾ ਲੇ ਤੇ ਮੁਸ਼ਕਿਲ ਦੌਰ ਤੇ ਸਭ ਤੇ ਗੁਜ਼ਰਿਆ। ਟਿੱਕੇ ਕੋ ਆਪ ਵਾਲੇ ਵੀ ਕਿਹੜਾ ਉੱਥੇ ਗੁਲਾ ਕੇ ਬੈਠੇ ਰਹੇ ਸਨ, ਬੰਦ ਹੋ ਗਿਆ। ਹਾਂਜੀ, ਸੱਸੀ ਤਰ੍ਹਾਂ। ਅੱਛਾ, ਤੇ ਸਾਧਿਆ ਡਰਾਮਾ ਛੱਡ ਕੇ ਅਚਾਨਕ ਟਿੱਕੇ ਲਾਉਣ ਦੀ ਨੌਬਤ ਕਿਉਂ ਆ ਗਈ, ਕੀ ਵਜ੍ਹਾ ਬਣੀ? ਇਹ ਇੱਕ ਮੈਂ ਗੱਲ ਕਰਨਾ ਵੀ ਚਾਹ ਰਹੀ ਹਾਂ ਤੇ ਨਹੀਂ ਵੀ ਕਰਨਾ ਚਾਹ ਰਹੀ। ਨਹੀਂ, ਗੱਲ ਕਰੋ, ਗੱਲ ਕਰਨੀ ਚਾਹੀਦੀ, ਲੇਕਿਨ ਮੈਂ ਨਾਮ ਨਹੀਂ ਲਾਂਗੀ ਉਹਨਾਂ ਦਾ। ਚਲੋ, ਨਾਮ ਕੋ ਨਹੀਂ, ਮਤਲਬ ਕੁਛ ਪ੍ਰੋਡਿਊਸਰ ਸਾਨੇ ਲਾਸਟ ਡਰਾਮਾ ਜਦੋਂ ਮੇਰਾ ਦਿਲ ਆਜ਼ਾਰੀ ਹੋਈ ਹੈ ਨਾ, ਕਿ ਕੁਛ ਪ੍ਰੋਡਿਊਸਰਾਂ ਨੇ ਕਿਹਾ ਮੈਨੂੰ ਕਿ ਬਈ ਅਗਰ ਤੁਮਨੇ ਕਾਮ ਕਰਨਾ ਨਾ ਤਾਂ 3-3 ਹਜ਼ਾਰ ਰੁਪਏ ਵਾਲੀ ਟਿਕਟ ਕਿਸੇ ਤੇ ਲਗਵਾਓ ਔਰ ਕਾਮ ਕਰ ਲਓ। ਮਤਲਬ ਅਗਰ ਤੂੰ ਡਰਾਮੇ 'ਚ ਕੰਮ ਕਰਨਾ ਹੈ ਤਾਂ ਫਿਰ 3-3 ਹਜ਼ਾਰ ਵਾਲੀ ਟਿਕਟ ਜਿਹੜੀ ਉਹਦੀਆਂ ਸੀਟਾਂ ਲਵਾਓ। ਸੋਫਾ ਲਵਾਓ। ਕਿੰਨੀਆਂ ਸੀਟਾਂ? 4 ਲਾ ਲਓ, 5 ਲਾ ਲਓ, ਜਿੰਨੀਆਂ ਵੀ ਲਵਾ ਸਕਦੇ ਹੋ ਰੋਜ਼ ਦੀਆਂ। ਠੀਕ ਹੈ, ਰੋਜ਼ ਦੀਆਂ। ਹਾਂਜੀ, ਅਤੇ ਹੁਣ ਮੈਂ ਰੋਜ਼ ਦੇ 4-5 ਬੰਦੇ ਕਿੱਥੋਂ ਲਿਆਉਂਦੇ? ਮੈਂ ਸਾਰੀ 5 ਸਾਲ ਨਹੀਂ ਬੰਦੇ ਲਿਆ ਸਕੀ, ਅਤੇ ਮੈਂ ਹੁਣ ਜਾ ਕੇ ਲਿਆਉਣੇ ਸਨ। 94 'ਚ ਮੈਂ ਇਸ ਫੀਲਡ 'ਚ ਆਈ ਸੀ। 94, ਠੀਕ ਹੈ। ਹਾਂ, 94-95 ਦੇ ਇਰਦ ਗਿਰਦ 'ਚ, ਅਤੇ ਉਦੋਂ ਤੱਕ ਉਦੋਂ ਇੱਕ ਮੇਰੇ ਹਰ ਚੀਜ਼ ਮਤਲਬ ਕਿ ਅੱਲਾ ਨੇ ਦਿੱਤਾ, ਸ਼ੁਕਰ ਅੱਲਾ ਦਾ, ਚਿਹਰਾ ਹੈ, ਕੱਦ ਹੈ, ਕਰਮ ਹੈ ਉਹਦੀ ਜ਼ਾਤ ਦਾ। ਉਦੋਂ ਨਹੀਂ ਮੈਂ ਬੰਦੇ ਪਾਲੇ ਸੀ, ਅਤੇ ਮੈਂ ਹੁਣ ਆ ਕੇ 5 ਸਾਲ ਬਾਅਦ ਬੰਦੇ ਪਾਲ ਕੇ ਅਤੇ ਸੀਟਾਂ ਲੈਣੀਆਂ ਸੀ। ਇਹ ਵੀ ਸਾਡੀਆਂ ਕੁਝ ਆਰਟਿਸਟਾਂ ਦਾ ਬੇੜਾ ਗਰਕ ਹੋਇਆ, ਮੈਂ ਨਹੀਂ ਕਹਿਣਾ ਚਾਹੁੰਦੀ, ਉਹਨਾਂ ਦਾ ਵੀ ਨਹੀਂ ਨਾਂ ਲਾਂਗੀ, ਅਗਰ ਸੁਣ ਰਹੀਆਂ ਹੋਣਗੀਆਂ ਤਾਂ ਉਹਨਾਂ ਨੂੰ ਪਤਾ ਹੋਏਗਾ ਕਿ ਉਹਨਾਂ ਨੇ ਇਹ ਸਾਰਾ ਕੰਮ ਖਰਾਬ ਕੀਤਾ ਜੀ। ਅਸੀਂ ਸਾਨੂੰ ਕੰਮ ਦਿਓ, ਅਸੀਂ ਸੀਟਾਂ ਲਵਾਵਾਂਗੀਆਂ, ਸਾਡੀਆਂ ਇੰਨੀਆਂ ਸੀਟਾਂ ਆਉਣਗੀਆਂ। ਪਹਿਲੇ ਪੁੱਛਦੇ ਸਨ ਬੰਦੇ ਕਿੰਨੇ ਨੇ, ਕਿਹੜਾ ਆਰਟਿਸਟ ਹੈ, ਕੀ ਕੰਮ ਕਰ ਰਿਹਾ। ਸ਼ਿਬਾ ਹਸਨ ਸਾਹਿਬਾ ਹੈ, ਰਹਿਮਾਨਾ ਸਾਹਿਬਾ ਹੈ, ਸ਼ਬਾਨਾ ਸ਼ੇਖ ਸਾਹਿਬਾ ਹੈ, ਸ਼ਬਾਨਾ ਪੱਟੀ ਸਾਹਿਬਾ ਹੈ, ਸ਼ੋਕੀ ਖਾਨ ਸਾਹਿਬ ਹੈ, ਸੁਹੇਲ ਸਾਹਿਬ ਹੈ। ਪਹਿਲੇ
ਮਸੂਦ ਅਖਤਰ ਸਾਹਿਬ, ਫਰਦੋ ਜਮਾਲ ਸਾਹਿਬ, ਇਹਨਾਂ ਦਾ ਪੁੱਛਦੇ ਹੁੰਦੇ ਸਨ ਐਕਟਰਾਂ ਦਾ। ਹੁਣ ਪੁੱਛਦੇ ਨੇ ਕਿ ਕਿੰਨੀਆਂ ਸੀਟਾਂ ਲਵਾਉਣੀਆਂ ਨੇ ਅਤੇ ਕਿਹੜੀ ਕਿਹੜੀ ਡਾਂਸਰ ਹੈਗੀ ਹੈ। ਕੰਮ ਤਾਂ ਬਹੁਤ ਪਿੱਛੇ ਚਲਾ ਗਿਆ ਹੁਣ, ਜਦੋਂ ਅਸੀਂ ਕੰਮ ਕੀਤਾ ਨਾ, ਤੁਹਾਨੂੰ ਵੀ ਪਤਾ ਹੈਗਾ ਸਟਰਗਲ, ਜਿਸ ਇਕੱਠੇ ਖੱਜਲ ਹੁੰਦੇ ਰਹੇ ਹਾਂ, ਜੁੱਤੀਆਂ ਵੀ ਤੋੜੀਆਂ ਨੇ ਸਟਰਗਲੀ ਦੇ ਵਿੱਚ। ਹੁਣ ਤਾਂ ਜਿਹੜੀ ਆਉਂਦੀ ਹੈ ਮੇਨ ਤਾਂ ਹੀ ਹੁੰਦੀ ਹੈ, ਅਸੀਂ ਤਾਂ 5 ਸਾਲ ਖੱਜਲ ਹੋ ਗਏ ਫਿਰ ਉੱਥੇ ਦੇ ਉੱਥੇ ਹੀ ਹਾਂ। ਅਤੇ ਜਿਹੜੀਆਂ ਹੁਣ ਆਈਆਂ ਨੇ ਦਿਨਾਂ 'ਚ, ਉਹਨਾਂ ਨੂੰ ਪੱਕਿਆ ਪਕਾਇਆ ਮਿਲ ਗਿਆ, ਪੱਕਿਆ ਪਕਾਇਆ ਉਹਨਾਂ ਨੂੰ ਮਿਲਿਆ, ਆਇਆ ਉਹਨਾਂ ਨੇ ਖਾਧਾ, ਉਹ ਗਈਆਂ। ਅਤੇ ਅਸੀਂ ਸਟਰਗਲ ਕੀਤੀ ਹੈ ਅਤੇ ਅਸੀਂ ਉੱਥੇ ਦੇ ਉੱਥੇ ਹੀ ਖਲੋਤੇ ਹਾਂ ਜੀ। ਨਾਜ਼ਰੀਨ, ਮੈਂ ਦੱਸਦਾ ਚੱਲਾਂ ਕਿ ਜਿਹੜਾ ਇੱਕ ਸੀਟ ਵਾਲਾ ਮਾਮਲਾ, ਇਹ ਵੀ ਬਹੁਤ ਚੱਲਿਆ ਔਰ ਹਰ ਜਗ੍ਹਾ 'ਤੇ ਵਬਾ ਫੈਲ ਗਈ ਹੈ, ਕਿਉਂਕਿ ਅੱਜ ਇਹ ਕਰੋਨਾ ਨਾਲੋਂ ਵੱਧ ਵਬਾ ਫੈਲੀ ਹੈ, ਕਰੋਨਾ ਨਾਲੋਂ ਵੱਧ ਵਬਾ ਫੈਲੀ ਹੈ। ਹਾਂਜੀ, ਔਰ ਸਾਦੀ ਹੈ ਜਿਹੜੀ, ਇਹ ਸਾਦੀ ਹੈ ਕਰੈਕਟਰ, ਐਕਟਰ ਕਰੈਕਟਰ ਸੀ, ਮਤਲਬ ਹਰ ਤਰ੍ਹਾਂ ਦਾ ਪਰਫਾਰਮਰ ਕਰੈਕਟਰ ਜਿਹੜਾ ਹੈ ਉਹ ਸਾਦੀ ਹੈ ਸ਼ੇਖ ਕਰ ਲੈਂਦੀ ਸੀ। ਕਿਤੇ ਕਾਸਟ 'ਚ ਗੱਲ ਹੁੰਦੀ ਸੀ ਕਿ ਕਰੈਕਟਰ ਕਰਾਉਣਾ ਤਾਂ ਕਹਿੰਦਾ ਜੀ ਸਾਦੀ ਹੈ ਸ਼ੇਖ ਨੂੰ ਬੁਲਾ ਲਓ। ਅੱਛਾ, ਫਿਰ ਉਸ ਤੋਂ ਬਾਅਦ ਦਿਲ ਚਾਕ ਹੋ ਗਿਆ? ਦਿਲ ਉਹ ਚਾਕ ਹੋ ਗਿਆ। ਫਿਰ ਇੱਥੇ ਲੜਕਾ ਹੁੰਦਾ ਸੀ ਇੱਕ, ਉਹਨੂੰ ਮੈਂ ਕਿਹਾ ਇੱਥੇ ਮੈਂ ਛੋਟਾ ਜਿਹਾ ਬਿਜ਼ਨਸ ਕਰ ਲਾਂ, ਕਹਿੰਦਾ ਕਰ ਲਓ। ਪਰ ਮੈਂ ਆਪਣੀ ਜੋ ਵੀ ਮੇਰੇ ਕੋਲ ਹੈ ਸੀ ਥੋੜ੍ਹਾ ਬਹੁਤਾ, ਮਾਲਕਾਂ ਨੂੰ ਐਡਵਾਂਸ ਦਿੱਤਾ ਦੁਕਾਨ ਨੂੰ, ਅਤੇ ਕੁਛ ਆਪਣਾ ਸਮਾਨ ਸਮੂਨ, ਭਾਂਡੇ ਟਿੰਡੇ ਲਿਆਉਂਦੇ, ਜ਼ਾਹਰ ਜ਼ਰੂਰੀ, ਫਿਰ ਆਪਣਾ ਗੋਸ਼ਤ ਵਗੈਰਾ ਇਹ ਵੋ ਸਾਰਾ ਸਮਾਨ ਜ਼ਾਹਰ। ਜਦੋਂ ਤੁਸੀਂ ਨਵਾਂ ਕੰਮ ਸ਼ੁਰੂ ਕਰਦੇ ਹੋ ਉਹਦੇ ਵਾਸਤੇ ਤੁਹਾਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ ਅਤੇ ਪੈਸੇ ਵੀ ਲੱਗਦੇ ਨੇ। ਉਹ ਜਿਹੜੀ ਮੇਰੀ ਜਮ੍ਹਾਂ ਪੂੰਜੀ ਸੀ ਉਹ ਮੈਂ ਲਾ ਲੂ ਕੇ ਬਹਿ ਗਈ। ਫਿਰ ਮੇਰੇ ਕੋਲ ਮੈਂ ਇਨਵਾਈਟ ਵੀ ਕੀਤਾ ਕੁਛ ਆਪਣੇ ਜੀਆਂ ਨੂੰ, ਜਿਨ੍ਹਾਂ 'ਤੇ ਮੈਨੂੰ ਮਾਣ ਸੀ ਕਿ ਆਉਣਗੇ, ਲੇਕਿਨ ਨਹੀਂ, ਕੋਈ ਨੇ ਕਿਸੇ ਦਾ ਸੁਣਾ ਦਿੱਤਾ, ਕਿਸੇ ਨੇ ਕਿਸੇ ਦਾ ਸੁਣਾ ਦਿੱਤਾ, ਕੋਈ ਨੇ ਬੜਿਆ। ਜਦੋਂ ਉਹ ਇੱਕ ਉਰਦੂ ਪੁਆਇੰਟ ਵਾਲੇ ਆਏ ਚੈਨਲ ਵਾਲੇ, ਉਹਨਾਂ ਨੇ ਇੰਟਰਵਿਊ ਲਿਆ, ਫਿਰ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਸ਼ੁਰੂ ਹੋ ਗਈ। ਲੇਕਿਨ ਜੀ ਸਾਲ ਮੇਰੇ ਖਿਆਲ ਤਕਰੀਬਨ ਜਾਂ ਸਾਲ ਹੋ ਗਿਆ ਨਾ, ਜਾਂ ਇਸ ਤੋਂ ਘੱਟ ਹੋਣੇ ਨੇ, 5 ਕੁ ਮਹੀਨੇ ਹੋਣੇ ਨੇ, 5-4 ਮਹੀਨੇ, ਅਤੇ ਨਾ ਕੋਈ ਐਕਟਰ ਹੀ ਬੜਿਆ ਅਤੇ ਨਾ ਹੀ ਕਿਸੇ ਪ੍ਰੋਡਿਊਸਰ ਨੇ ਕਿਹਾ ਕਿ ਤੂੰ ਛੱਡ ਇਹ ਕੰਮ ਅਤੇ ਚਲਾ ਤੂੰ ਕੰਮ ਕਰ। ਲੇਕਿਨ ਉੱਥੇ ਵੀ ਹੁਣ ਫਾਇਦਾ ਕੋਈ ਨਹੀਂ ਕਰਨ ਦਾ, ਕਿਉਂਕਿ ਪ੍ਰੋਡਿਊਸਰ ਕਹਿੰਦੇ ਨੇ ਇੰਨੀ ਦੇਰ ਤੋਂ ਬਾਅਦ ਵੀ ਸਿਫਾਰਿਸ਼ਾਂ ਨਾਲ ਹੀ ਕੰਮ ਲੈਣਾ। ਪ੍ਰੋਡਿਊਸਰ ਨੇ ਮੈਨੂੰ ਆਪ ਕਿਹਾ ਮੈਂ ਉਸ ਬੰਦੇ ਦਾ ਨਾਂ ਨਹੀਂ ਲਾਂਗੀ ਜਿਹਦੀ ਵਜ੍ਹਾ ਤੋਂ ਮੇਰੀ ਦਿਲ ਆਜ਼ਾਰੀ ਹੋਈ ਹੈ, ਔਰ ਅਗਰ ਉਹ ਚੈਨਲ ਦੇਖਦਾ ਹੋਏਗਾ ਨਾ, ਸ਼ਾਇਦ ਉਹਨੂੰ ਆਪਣੇ ਆਪ 'ਚ ਸ਼ਰਮ ਆ ਜਾਏ ਕਿ ਮੈਂ ਵੀ ਧੀਆਂ ਭੈਣਾਂ ਲਾਵਾਂ, ਵੀ ਮੈਂ ਵੀ, ਮੈਨੂੰ ਅਹਿਸਾਸ ਹੋਣਾ ਚਾਹੀਦਾ ਸੀ ਕਿ ਮੈਂ ਔਰਤ ਨੇ 5 ਸਾਲ ਇਸ ਫੀਲਡ ਨੂੰ ਗਾ ਲੈਣੇ ਅਤੇ ਅੱਜ ਮੈਂ ਉਹਨੂੰ LFS ਕਹਿ ਰਹੇ ਹਾਂ, ਅਤੇ ਮੇਰੀ ਦਿਲਦਾਰੀ ਇੱਥੋਂ ਹੋਈ ਸੀ। ਇੱਕ ਐਂਟਰੀ ਦਿੰਦੇ ਸਨ, ਉਹ ਵੀ ਕਦੇ ਕਿਸੇ ਨੂੰ ਸਿਫਾਰਿਸ਼ ਕਰਾ, ਕਦੇ ਕਿਸੇ ਨੂੰ ਸਿਫਾਰਿਸ਼ ਕਰਾ, ਜਦੋਂ ਪੈਸੇ ਮੰਗਣੇ ਉਦੋਂ ਇਹਨਾਂ ਨੇ ਕਹਿ ਦੇਣਾ ਅੱਛਾ ਅੱਜ ਦੇਣੇ ਆ, ਅੱਛਾ ਕੱਲ੍ਹ ਦੇਣੇ ਆ, ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ। ਅੱਛਾ, ਅਤੇ ਜਿਹੜੇ ਇੰਨੇ ਮਤਲਬ ਇੰਟਰਵਿਊ ਹੋਏ ਨੇ ਉਹ ਕਿਸੇ ਬੰਦੇ ਨੇ, ਕਿਸੇ ਮੁਹੱਈਆ ਹਜ਼ਰਾਤ ਨੇ? ਨਹੀਂ ਜੀ, ਕੋਈ ਬੈਨੀਫਿਟ ਨਹੀਂ ਹੋਇਆ ਮੈਨੂੰ, ਨਾ ਕਿਸੇ ਹਕੂਮਤ ਦਾ, ਨਾ ਕਿਸੇ ਆਪਣੇ ਐਕਟਰ ਦਾ। ਐਕਟਰਾਂ ਨੇ ਮੇਰੇ 1-2 ਜਿਹੜੇ ਨੇ ਉਹਨਾਂ ਨੇ ਮੇਰੇ ਨਾਲ ਕਾਲ ਕੀਤੀ, ਆਪਣਾ ਦੀਦਾਰ ਸਾਹਿਬਾ, ਮੇਘਾ ਸਾਹਿਬਾ, ਅਤੇ ਪ੍ਰੋਡਿਊਸਰਾਂ ਜੋ ਆਏ, ਸਖੀ ਸਾਹਿਬ ਤੁਹਾਨੂੰ ਪਤਾ ਉਹ ਹਰ ਬੰਦੇ ਦਾ ਮਾਰੇ ਦਾ ਖਿਆਲ ਰੱਖਦੇ ਨੇ। ਉਸ ਤੋਂ ਬਾਅਦ ਆ ਜਾਂਦੇ ਨੇ ਕੈਸਰ ਸਨਾਉਲਾ ਸਾਹਿਬ, ਉਹਨਾਂ ਨੇ ਜੋ ਵੀ ਹੋ ਸਕਿਆ ਜਿਸ ਤਰ੍ਹਾਂ ਵੀ ਆਰਟਿਸਟਾਂ ਦੇ ਨਾਲ ਕਰੋਨਾ ਦੇ ਵਿੱਚ ਬੜੀ ਭੱਜ ਦੌੜ ਕੀਤੀ। ਅੱਲਾ ਜਾਣਦਾ ਉਸ ਬੰਦੇ ਨੂੰ ਅੱਲਾ ਜ਼ਿੰਦਗੀ ਤੰਦਰੁਸਤੀ ਦੇਵੇ। ਕੈਸਰ ਸਨਾਉਲਾ ਸਾਹਿਬ ਜੀ ਦਾ ਨਾਂ ਹੈ ਮੈਟਰੋਪੋਲ ਡੇ ਸੈਲਮੇ 'ਚ ਉਹਨਾਂ ਨੇ ਮੀਟਿੰਗਾਂ ਰੱਖੀਆਂ, ਉੱਥੇ ਬੁਲਾਏ, ਉਹਨਾਂ ਨੇ ਆਖਰੀ ਲੜਾਈ ਲੜ ਛੱਡੀ ਹੈ ਕਿ ਥੀਏਟਰ ਖੁੱਲ੍ਹਣਾ ਚਾਹੀਦਾ, ਆਰਟਿਸਟ ਵਿਚਾਰੇ ਭੁੱਖੇ ਮਰ ਗਏ ਨੇ। ਦੇਖੋ ਹੁਣ ਕੀ ਬਣਦਾ, 15 ਜੁਲਾਈ ਤੱਕ ਸੁਣਿਆ ਕੋਈ ਫੈਸਲਾ ਆਉਂਦਾ ਕਿ ਨਹੀਂ ਆਉਂਦਾ, ਅੱਲਾ ਬਿਹਤਰ, ਅੱਲਾ ਬਿਹਤਰ ਹੀ ਕਰੇ। ਚਲੋ ਮੈਂ ਤਾਂ ਖੋਖਾ ਪਾ ਲਿਆ ਨਿਕਾ ਜਿਹਾ, ਅਤੇ ਜਿਹੜੇ ਵਿਚਾਰੀਆਂ ਮੇਰੇ ਵਰਗੀਆਂ ਜਾਂ ਮੇਰੇ ਵਰਗੇ ਨੇ, ਨਹੀਂ ਬੰਦੇ ਲਿਆ ਸਕਦੀਆਂ ਜਾਂ ਨਹੀਂ ਬੰਦੇ ਲਿਆ ਸਕਦੇ ਜਾਂ ਨਹੀਂ ਸੀਟਾਂ ਲਵਾ ਸਕਦੀਆਂ, ਚਲੋ ਉਹਨਾਂ ਦੀਆਂ ਸਿਫਾਰਿਸ਼ਾਂ ਨਾਲ ਹੀ ਰਿਜ਼ਾ ਖੁੱਲ੍ਹ ਜਾਏ ਜਿਨ੍ਹਾਂ ਨੂੰ ਆਉਂਦਾ ਹੀ ਕੁਛ ਨਹੀਂ। ਅਤੇ ਕਈ ਐਸੀਆਂ ਨੇ ਜਿਹੜੀਆਂ ਲੱਖਾਂ ਰੁਪਇਆ ਕਮਾ ਕੇ ਵੀ ਰੋਣ ਡੀਆਂ ਨੇ। ਅੱਛਾ, ਅਤੇ ਸਾਦੀਆ ਭਰਾ ਕੋ ਨਹੀਂ ਮੇਰਾ ਹਲ ਤੇਰਾ? ਨਹੀਂ ਜੀ, ਇੱਕ ਭਰਾ ਹੈ ਮੇਰਾ, ਅੱਲਾ ਉਹਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਉਹਦੇ ਬੱਚੇ ਨੇ, ਉਹ ਵੀ ਵਿਚਾਰਾ ਮਿਹਨਤ ਮਜ਼ਦੂਰੀ ਕਰਦਾ ਪਿਆ,
ਤੇ ਘਰ ਸਾਡਾ ਕਿਰਾਏ ਤੇ ਵੇ ਦੁਕਾਨ ਇਹ ਵੀ ਖੋਖਾ ਜਿਹਾ ਜਿਹੜਾ ਮੈਂ ਲਿਆ ਇਹ ਵੀ ਕਿਰਾਏ ਤੇ ਵੇ ਇਹਦਾ 10,000 ਰੁਪਇਆ ਮਹੀਨਾ 10,000 ਰੁਪਇਆ ਮਹੀਨਾ ਹਾਂਜੀ ਤੇ ਮਕਾਨ ਦਾ ਕਿਰਾਇਆ ਕਿੰਨਾ ਮਕਾਨ ਦਾ ਵੀ 10,000 ਹੈ 10,000 20,000 ਤੇ 10 ਹੀ ਇਹਨਾਂ ਬਾਬੇ ਦਾ ਕੱਢਣਾ ਹੁੰਦਾ ਰੱਖੇ ਦਾ 30,000 ਮੈਨੂੰ ਇਸ ਕੋਕੇ ਚੋਂ ਲਾਜ਼ਮੀ ਕੱਢਣਾ ਹੈ ਉਹ ਭਾਵੇਂ ਮੈਂ ਜਿਸ ਤਰ੍ਹਾਂ ਮਰਜ਼ੀ ਕਰਾਂ ਨਹੀਂ ਲੇਕਿਨ ਸਾਡੀ ਵੱਡੀ ਜਿਹੜੀ ਕਾਸਟ ਹੈ ਸਾਡੀ ਸਟੇਜ ਦੀ ਜਿਹੜੇ ਇਸ ਟਾਈਮ ਪੇਟੀਆਂ 'ਚ ਪੈਸੇ ਲੈ ਰਹੇ ਨੇ ਖੋਖਿਆਂ 'ਚ ਲੈ ਰਹੇ ਨੇ ਉਹਨਾਂ 'ਚੋਂ ਕਿਸੇ ਬੰਦੇ ਨੇ ਆ ਕੇ ਨਹੀਂ ਕਿਹਾ ਕਿ ਇਹ 1-2 ਲੱਖ 4 ਲੱਖ ਫੜ ਤੂੰ ਨਹੀਂ ਤੇ ਮਤਲਬ ਆਪਣਾ ਕੰਮ ਜਿਹੜਾ ਨਹੀਂ ਨਾ ਕਿਸੇ ਮੈਂ ਤੁਹਾਨੂੰ ਦੱਸਿਆ ਤੇ ਹੈ ਨਾ ਕਿਸੇ ਸੁਪਰ ਸਟਾਰ ਨੇ ਆ ਕੇ ਮੈਨੂੰ ਕਿਹਾ ਤੇ ਨਾ ਕਿਸੇ ਹਕੂਮਤ ਨੇ ਮੈਨੂੰ ਕੋਈ ਫਾਇਦਾ ਦਿੱਤਾ ਅੱਛਾ ਠੀਕ ਹੈ ਹੁਣ ਅਗਲੀ ਗੱਲ ਵੱਲ ਅਸੀਂ ਆਉਂਦੇ ਹਾਂ ਅਗਰ ਕੋਈ ਬੰਦਾ ਇਹ ਚਾਹੁੰਦਾ ਹੈ ਕਿ ਮਤਲਬ ਸਾਡੀ ਸ਼ੇਖ ਹੀ ਚਾਹੁੰਦੀ ਹੈ ਕਿ ਮੈਂ ਇਸ ਕੰਮ ਨੂੰ ਛੱਡਣਾ ਚਾਹੁੰਦੀ ਹਾਂ ਕੀ ਰਿਕੁਆਇਰਮੈਂਟ ਤੇਰੀ ਕੀ ਹੋਣਾ ਚਾਹੀਦਾ ਤੇ ਫਿਰ ਇਸ ਕੰਮ ਨੂੰ ਜਿਹੜਾ ਖੈਰ ਬਾਤ ਕਹਿ ਦੇ ਦੇਖੋ ਜੀ ਹਰ ਔਰਤ ਦੀ ਖੁਆਇਸ਼ ਹੁੰਦੀ ਹੈ ਕਿ ਉਹਨੂੰ ਇੱਕ ਅੱਛਾ ਜੀਵਨ ਸਾਥੀ ਮਿਲੇ ਠੀਕ ਹੈ ਉਹਨੂੰ ਇੱਜ਼ਤ ਦੇਵੇ ਰਿਸ਼ਤੇ ਆਏ ਨੇ ਮੈਨੂੰ ਕਾਫੀ ਮਤਲਬ ਇਸ ਤੋਂ ਪਹਿਲੇ ਯਕੀਨ ਕਰੋ ਮੇਰਾ ਦਿਲ ਭਰ ਗਿਆ ਇਹਨਾਂ ਲੋਕਾਂ ਕੋਲ ਇਸ ਲਈ ਮੈਂ ਮਸਤ ਆਪਣੇ ਕੰਮ 'ਚ ਰਹਿੰਦੀ ਹਾਂ ਥੀਏਟਰ ਵੀ ਮੈਂ ਰਹੀ ਹਾਂ 5 ਸਾਲ ਮੈਂ ਮਸਤ ਆਪਣੇ ਕੰਮ 'ਚ ਰਹੀ ਹਾਂ ਨਾ ਮੈਂ ਕੋਈ ਯਾਰੀ ਲਾਈ ਨਾ ਕੋਈ ਮੈਂ ਦੋਸਤੀ ਲਾਈ ਇਹ ਹੁਣ ਰਿਸ਼ਤੇ ਆਏ ਮੈਨੂੰ ਇਹ ਖੋਖਾ ਲਾਉਣ ਤੋਂ ਪਹਿਲੇ ਮੈਨੂੰ ਕੀ ਕਹਿੰਦੇ ਨੇ ਘਰ ਆਪਣਾ ਮੈਂ ਕਿਹਾ ਨਹੀਂ ਚਲੇ ਗਏ ਇੱਕ ਹੋਰ ਰਿਸ਼ਤਾ ਆਇਆ ਉਹਨੇ ਪੁੱਛਿਆ ਪੈਸਾ ਪੂਸਾ ਹੈ ਕਿ ਨਹੀਂ ਹੈ ਕੋਈ ਮੁੰਡੇ ਵਾਲੇ ਪੁੱਛਦੇ ਨੇ ਪਹਿਲੇ ਕੁੜੀ ਵਾਲੇ ਪੁੱਛਦੇ ਸਨ ਕਿ ਮੁੰਡਾ ਕੋਈ ਕੰਮ ਕਰਦਾ ਜਾਂ ਨਹੀਂ ਕਰਦਾ ਹੁਣ ਕੁੜੀ ਵਾਲਿਆਂ ਨੂੰ ਪੁੱਛਦੇ ਨੇ ਕੁੜੀ ਕੋਈ ਕੰਮ ਕਰਦੀ ਹੈ ਕਿ ਨਹੀਂ ਕਰਦੀ ਜੇ ਤਾਂ ਉਹ ਕਹਿ ਦੇਵੇ ਮੇਰੇ ਕੋਲ ਸਾਰਾ ਕੁਛ ਹੈ ਉਹਨੂੰ ਲੁੱਟ ਜੇ ਲੁੱਟ ਲੁੱਟ ਕੇ ਖਾ ਕੇ ਉਹਨੂੰ ਕਹਿ ਦਿੰਦੇ ਬੀਬੀ ਚੱਲ ਅਗਲੇ ਪਾਸੇ ਇਹ ਤਾਂ ਸਾਡੀ ਆਵਾਮ ਹੋ ਗਈ ਹੈ ਮੁੰਡੇ ਜੋ ਜ਼ਮਾਨੇ ਦੇ ਵੇਲੇ ਪੁੱਛ ਕੀ ਲੈਣਾ ਆ ਜੇ ਬਾਈ ਅਤੇ ਬੰਦਾ ਜਾਵੇ ਤਾਂ ਕਿੱਥੇ ਜਾਵੇ ਲਓ ਜੀ ਕੁਛ ਟਾਈਮ ਜਿਹੜਾ ਵਿੱਚੋਂ ਲਓ ਜੀ ਕੁਛ ਟਾਈਮ ਜਿਹੜਾ ਨਾ ਜੀ ਹੁਣ ਅਸੀਂ ਵਿੱਚ ਬ੍ਰੇਕ ਕਰਨੀ ਚਾਹ ਰਹੇ ਹਾਂ ਕਿਉਂਕਿ ਅੱਲਾਹ ਤਾਲਾ ਨੇ ਜਿਹੜਾ ਮਤਲਬ ਕਸਟਮਰ ਔਰ ਰਿਜ਼ਕ ਉਹ ਭੇਜ ਦਿੱਤਾ ਅਤੇ ਉਹ ਇੱਕ ਭਾਈ ਨੇ ਸਾਡੇ ਆਏ ਨੇ ਅਤੇ ਉਹਨਾਂ ਵਾਸਤੇ ਹੁਣ ਸਾਜੀ ਸ਼ੇ ਜਿਹੜੀ ਟਿੱਕੇ ਲਾ ਰਹੀ ਹੈ ਜਨਾਬ ਅਤੇ ਸਾਦੀਆ ਸਾਹਿਬਾ ਜੋ ਵੀ ਜਨਾਬ ਟਿੱਕੇ ਲਾ ਲੈਣਗੀਆਂ ਟਿੱਕੇ ਲਾ ਕੇ ਫਰੀ ਹੁੰਦੀਆਂ ਅਤੇ ਫਿਰ ਅਸੀਂ ਇਹਨਾਂ ਨੂੰ ਮਜ਼ੀਦ ਜਿਹੜੀ ਗੱਲਬਾਤ ਉਹ ਜਾਰੀ ਰੱਖਾਂਗੇ ਗੱਲ ਬੜੀ ਅਹਿਮ ਹੋ ਰਹੀ ਸੀ ਲੇਕਿਨ ਰੋਟੀ ਰਿਜ਼ਕ ਜਿਹੜਾ ਉਹ ਵੀ ਜ਼ਰੂਰੀ ਹੈ ਕਿਉਂਕਿ ਪੇਟ ਸ਼ਾਮ ਨੂੰ ਜਨਾਬ ਰੋਟੀ ਮੰਗਦਾ ਕੋਈ ਨਹੀਂ ਪੁੱਛਦਾ ਬਈ ਤੂੰ ਫਨਕਾਰ ਪੇਟ ਰੋਟੀ ਨਾ ਮੰਗੇ ਮਾਲਕ ਮਕਾਨ ਕਿਰਾਇਆ ਮੰਗਦਾ ਪੇਟ ਰੋਟੀ ਮੰਗੇ ਨਾ ਮੰਗੇ ਮਾਲਕ ਮਕਾਨ ਕਿਰਾਇਆ ਮੰਗਦਾ ਤੇ ਹੁਣ ਤਾਂ ਦੁਕਾਨ ਵਾਲਾ ਵੀ ਕਿਰਾਇਆ ਮੰਗਦਾ ਹੋਣਾ ਹਾਂਜੀ ਉਹ ਵੀ ਕਹਿੰਦਾ ਹੋਣਾ ਬਈ ਜਿਹੜਾ ਨਾ ਬੀਬੀ ਬਾਅਦ ਚ ਦੁਕਾਨ ਖੋਲੀ ਪਹਿਲੇ ਕਿਰਾਇਆ ਦੇ ਜੀ ਨਾਜ਼ਰੀਨ ਲਾਈਟ ਬੰਦ ਹੋ ਗਈ ਹੈ ਅਤੇ ਕਸਟਮਰ ਆ ਗਏ ਸਨ ਜਨਾਬ ਤੋਂ ਉਹਨੂੰ ਟਿੱਕੇ ਲਾ ਕੇ ਦਿੱਤੇ ਨੇ ਹੁਣ ਉਹ ਟਿੱਕੇ ਖਾ ਰਹੇ ਨੇ ਅਤੇ ਅੱਗੇ ਇਹਨਾਂ ਦੇ ਜਨਾਬ ਇੱਕ ਲੇਡੀਜ਼ ਜਿਹੜੇ ਨੇ ਦੋਸਤ ਇਹਨਾਂ ਦੇ ਉਹ ਵੀ ਇਹਨਾਂ ਨੂੰ ਮਿਲਣ ਆਏ ਸਨ ਮਾਸ਼ਾਅੱਲਾ ਔਰ ਮੈਂ ਆ ਕੇ ਜਿਸ ਟਾਈਮ ਦਾ ਬੈਠਾ ਹੋਇਆ ਮੈਨੂੰ ਤਕਰੀਬਨ 1.5-2 ਘੰਟੇ ਹੋ ਗਏ ਨੇ ਅਤੇ ਆਸੇ ਪਾਸੇ ਵਾਲੇ ਜਿੰਨੇ ਨੇ ਉਹ ਭੈਣ ਬਾਜੀ ਕਹਿ ਰਹੇ ਨੇ ਸਾਡੀ ਚੇਅਰ ਨੂੰ ਔਰ ਮਤਲਬ ਅੱਛੀ ਰਿਸਪੈਕਟ ਜਿਹੜੀ ਹੈ ਲੋਕ ਦੇ ਅੱਛਾ ਜੀ ਤਾਂ ਅਸੀਂ ਗੱਲ ਕਰ ਰਹੇ ਸਾਂ ਸ਼ਾਦੀ ਦੀ ਤੁਸੀਂ ਫਰਮਾ ਰਹੇ ਸੋ ਕਿ ਅੱਜ ਕੱਲ੍ਹ ਜਿਹੜੇ ਮੁੰਡੇ ਵਾਲੇ ਨੇ ਉਹ ਕੁੜੀ ਵਾਲੇ ਨੂੰ ਪੁੱਛਦੇ ਨੇ ਕੋ ਪੈਸਾ ਧੇਲਾ ਕੋ ਜ਼ਿਮੀ ਭਾਂਡਾ ਉਹ ਹੈ ਜੇ ਮਤਲਬ ਹਾਂਜੀ ਤੇ ਜਦੋਂ ਕੋਈ ਰਿਸ਼ਤਾ ਆਏਗਾ ਨਾ ਜਿਹੜਾ ਮੈਨੂੰ ਕਹੇਗਾ ਨਾ ਮੈਂ ਤੈਨੂੰ ਸਭ ਦੇਣਾ ਤੈਨੂੰ ਛੱਤ ਦੇਣਾ ਇੱਜ਼ਤ ਦੇਣਾ ਫਿਰ ਮੈਂ ਕਰਾਂਗੀ ਵਰਨਾ ਇਸ ਤਰ੍ਹਾਂ ਪੈਸਾ ਖਵਾ ਕੇ ਤੇ ਬੰਦਾ ਰਾਹਗੀਰ ਨੂੰ ਵੀ ਕਹਿ ਦਿੰਦਾ ਚਲਾ ਮੇਰੇ ਨਾਲ ਵਿਆਹ ਗੱਲ ਆ ਠੀਕ ਹੋ ਗਿਆ ਨਹੀਂ ਜੇ ਫਰਜ ਕਰੋ ਕਿ ਤੁਹਾਨੂੰ ਕੋਈ ਬੰਦਾ ਕਹਿੰਦਾ ਆ ਕੇ ਉਹ ਤੁਹਾਡੀ ਕੀ ਰਿਕੁਆਇਰਮੈਂਟ ਹੈ ਮਤਲਬ ਉਹ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਜੀ ਮੈਂ ਤੁਹਾਡੀ ਬਾਂਹ ਫੜਨ ਨੂੰ ਤਿਆਰ ਹਾਂ ਦੇਖੋ ਜੀ ਮੈਂ ਤੁਹਾਡਾ ਭਾਰ ਚੁੱਕਣ ਨੂੰ ਤਿਆਰ 5 ਸਾਲ ਮੈਂ ਧੱਕੇ ਖਾਧੇ ਨੇ ਤੁਹਾਡੀ ਗੱਲ ਟੋਕ ਰਹੀ ਹਾਂ ਮੈਂ ਸੋਰੀ 5 ਸਾਲ ਮੈਂ ਧੱਕੇ ਖਾਧੇ ਨੇ ਮਜ਼ੀਦ ਅੱਗੇ ਪਤਾ ਨਹੀਂ ਇੰਨੀ ਹੈਗੀ ਹੈ ਕਿ ਨਹੀਂ ਹੈਗੀ ਔਰ ਜੇ ਹੋਈ ਵੀ ਤਾਂ ਕਿੰਨੀ ਕੁ ਘੰਟਾ ਕੁ ਹੋਏਗੀ ਜਾਂ ਅੱਧਾ ਘੰਟਾ ਜਾਂ 5 ਮਿੰਟ ਕੋਈ ਜ਼ਿੰਦਗੀ ਦਾ ਕੋਈ ਪਤਾ ਨਹੀਂ ਸੈਕਿੰਡ ਦਾ ਨਹੀਂ ਪਤਾ ਪਲ ਦਾ ਨਹੀਂ ਪਤਾ ਅਤੇ ਜਿੰਨੇ ਵੀ ਹੈ ਕੋਈ ਅੱਛਾ ਜੀਵਨ ਸਾਥੀ ਹੋਵੇ ਜਿਹੜਾ ਇੱਜ਼ਤ ਦੇਵੇ ਇੱਜ਼ਤ ਕਰੇ ਅਤੇ ਇੱਜ਼ਤ ਕਰਾਏ
ਮੈਂ ਸ਼ਾਦੀ ਕਰਨੀ ਹੈ ਕਿਉਂ ਨਹੀਂ ਕਰਨੀ, ਮੇਰਾ ਵੀ ਦਿਲ ਕਰ ਰਿਹਾ ਕਿ ਮੇਰਾ ਵੀ ਇੱਕ ਛੋਟਾ ਜਿਹਾ ਘਰ ਹੋਵੇ, ਨਾ ਵੱਡਾ ਹੋਵੇ। ਮੈਨੂੰ ਕੋਠੀਆਂ ਗੱਡੀਆਂ ਦੀ ਕੋਈ ਖੁਆਇਸ਼ ਨਹੀਂ ਹੈਗੀ। ਅਗਰ ਕੋਠੀਆਂ ਗੱਡੀਆਂ ਦੀ ਖੁਆਇਸ਼ਾਂ ਹੁੰਦੀਆਂ ਨਾ ਤਾਂ ਮੈਂ ਥੀਏਟਰ 'ਚ ਬੜਾ ਕੁਛ ਕਮਾ ਲੈਣਾ ਸੀ। ਮੈਨੂੰ ਆਫਰ ਵੀ ਹੋਈਆਂ ਨੇ, ਕਾਫੀ ਆਫਰ ਵੀ ਹੋਈਆਂ ਨੇ ਕਿ ਜੀ ਤੁਸੀਂ ਖਰਚੇ 'ਤੇ ਬਹਿ ਜਾਓ, ਤੁਹਾਨੂੰ ਇੰਨੇ ਪੈਸੇ ਦੇ ਦਿਆਂਗੇ, ਗੱਡੀ ਦਿਆਂਗੇ, ਮਕਾਨ ਦਿਆਂਗੇ। ਲੇਕਿਨ ਇਸ ਤਰ੍ਹਾਂ ਦੀ ਆਫਰ, ਸੁਣੋ ਮੇਰੀ ਗੱਲ, ਇਹ ਜਿਹੜੀ ਗੱਲ ਹੈਗੀ ਹੈ ਕਿ ਤੁਹਾਨੂੰ ਬੜੀਆਂ ਆਫਰਾਂ ਹੋਈਆਂ ਕਿ ਖਰਚੇ 'ਤੇ ਬਹਿ ਜਾਓ, ਇਹ ਕੀ ਹੁੰਦਾ ਜ਼ਰਾ ਸਾਡੇ ਨਾਜ਼ਰੀਨ ਦੱਸੋ, ਜਿਹੜਾ ਖਰਚੇ 'ਤੇ ਬਹਿਣਾ ਹੁੰਦਾ ਇਹ ਕੀ ਹੁੰਦਾ? ਖਰਚੇ 'ਤੇ ਬਹਿਣਾ ਹੁੰਦਾ ਕਿ ਉਹਦੇ ਨਾਲ ਕਹਿੰਦੇ ਨੇ ਜੀ ਨਿਕਾਹ ਨਹੀਂ ਹੁੰਦਾ, ਸਿਰਫ ਉਹਨੂੰ ਯਾਰੀ ਦੋਸਤੀ ਇਸਤੇਮਾਲ ਬਸ ਸਿਰਫ। ਬਸ ਸਿੱਧਾ ਸਿੱਧਾ ਅਸੀਂ ਕਹਾਂਗੇ ਕਿ ਰਖੇਲ ਬਣ ਕੇ ਰਹਿ ਜਾਓ। ਹਾਂਜੀ ਹਾਂਜੀ, ਜਿਸ ਤਰ੍ਹਾਂ ਕਿਸੇ ਦੌਰ 'ਚ ਕਹਿੰਦੇ ਨੇ ਉੱਥੇ ਹੁੰਦਾ ਸੀ, ਕੀ ਇਹਨੂੰ ਕਹਿੰਦੇ ਨੇ, ਹੀਰਾ ਮੰਡੀ, ਹੀਰਾ ਮੰਡੀ, ਡਾਇਮੰਡ ਮਾਰਕੀਟ, ਡਾਇਮੰਡ ਮਾਰਕੀਟ ਤੋਂ ਬਸ ਸਫਾਇਰ ਕਰਕੇ ਕਹਿ ਲਈਏ, ਇਸ ਤਰ੍ਹਾਂ ਉਹਨੂੰ ਓਪਨ ਹੋ ਗਏ ਇਹ ਕੰਮ। ਖਰਚੇ ਤਾਂ ਕਹਿੰਦੇ ਨੇ ਬਹਿ ਜਾਓ, ਚਾਰ ਪੈਸੇ ਲੈ ਲਵੋ, ਲਈ ਜਾਓ, ਮਹੀਨੇ ਦਾ ਖਰਚਾ ਲੈ ਲਓ, ਮਕਾਨ ਲੈ ਦਿਓ, ਜਦੋਂ ਦਿਲ ਕਰੇ ਲੱਤ ਮਾਰ ਕੇ ਕਹਿੰਦੇ ਚੱਲ ਬੀਬੀ ਅੱਗੋਂ ਨਵੀਂ ਫੜ ਲੈਂਦੇ ਨੇ। ਠੀਕ ਹੈ, ਲੇਕਿਨ ਤੁਸੀਂ ਜਿਹੜਾ ਚਾਹੁੰਦੇ ਹੋ ਕਿ ਮਤਲਬ ਜਿਹੜਾ ਰਾਜਕੁਮਾਰ ਆਵੇ, ਜਿਹੜਾ ਤੁਹਾਡੀ ਜ਼ਿੰਦਗੀ ਦਾ ਸ਼ਹਿਜ਼ਾਦਾ ਤੁਹਾਡੀ ਜ਼ਿੰਦਗੀ 'ਚ ਆਵੇ, ਕੀ ਉਹਦੀਆਂ ਖੂਬੀਆਂ ਹੋਣੀਆਂ ਚਾਹੀਦੀਆਂ ਨੇ? ਉਹਦੀ ਖੂਬੀ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਅਗਰ ਅੱਲਾ ਕਰੇ ਅੱਲਾ ਨੀਲੀ ਛਤਰੀ ਵਾਲਾ ਸ਼ਾਇਦ ਸੁਣ ਲਵੇ, ਉਹਦੇ ਘਰ 'ਚ ਦੇਰ ਹੈ, ਦੇਰ ਨਹੀਂ। ਮੇਰੀ ਖੁਆਇਸ਼ ਇਹ ਹੈ ਕਿ ਮੇਰੇ ਨਾਲ ਜਿਹੜਾ ਕੋਈ ਦੋਸਤ ਜਾਂ ਦੋਸਤ ਵਾਂਗੂ ਬਣ ਕੇ ਮੇਰੇ ਨਾਲ ਮੀਆਂ ਬਣ ਕੇ ਤਾਂ ਸਾਰੇ ਚੱਲਦੇ ਨੇ। ਮਤਲਬ ਸ਼ਾਦੀ ਕਰੇ ਲੇਕਿਨ ਜ਼ਿੰਦਗੀ ਇੱਕ ਅੱਛੇ ਦੋਸਤ ਨਾਲ ਗੁਜ਼ਾਰੇ। ਅੱਛੇ ਦੋਸਤ ਆ, ਇਹ ਕੀ ਹੋਇਆ, ਇਹ ਚੁੱਕ, ਇਹ ਕੀ ਪੀਏ, ਇੰਝ ਕੀ ਹੋਇਆ, ਐਵੇਂ ਹਰ ਗੱਲ ਦੀ ਨੋਕ ਚੋਕ ਅਤੇ ਨਾਲ ਹੀ ਲੜਾਈਆਂ ਹੁੰਦੀਆਂ ਨੇ। ਅਗਰ ਆਪਸ 'ਚ ਕੰਪਰੋਮਾਈਜ਼ ਹੋ ਕੇ ਚੱਲੇ ਤਾਂ ਕਦੀ ਜ਼ਿੰਦਗੀ 'ਚ ਮੀਆਂ ਬੀਵੀ ਦੀ ਲੜਾਈ ਨਹੀਂ ਹੁੰਦੀ। ਇਹ ਤਾਂ ਕੁਆਲਿਟੀ ਹੋ ਗਈ, ਇਹ ਦੂਜੀ ਕੁਆਲਿਟੀ ਕੀ ਹੈ ਕਿ ਮਤਲਬ ਤੁਹਾਨੂੰ ਕੀ ਰਿਕੁਆਇਰਡ ਹੈ ਕਿ ਕੀ ਚਾਹੀਦਾ ਹੈ? ਇੱਕ ਛੋਟੀ ਜਿਹੀ ਛੱਤ ਭਾਵੇਂ ਡੇਢ ਮਰਲੇ ਦੀ ਕਿਉਂ ਨਾ ਹੋਵੇ। ਹਾਏ ਹਾਏ ਹਾਏ, ਕੀ ਬਾਤ ਹੈ, ਭਾਵੇਂ ਡੇਢ ਮਰਲੇ ਦਾ ਘਰ ਹੋਵੇ, ਉਹ ਛੱਤ ਹੋਵੇ, ਉਹ ਤੁਹਾਨੂੰ ਚਾਰ ਦੀਵਾਰੀ 'ਚ ਲਿਆ ਕੇ ਦੇਵੇ, ਅਤੇ ਮੈਂ ਅਸੀਂ ਆਪਸ 'ਚ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰੀਏ ਕਿ ਜਿਵੇਂ ਇੱਕ ਦੋਸਤ ਲਾਈਫ ਗੁਜ਼ਰ ਰਹੀ ਹੈ, ਅਤੇ ਮਿਸਾਲ ਹੋ ਜਾਏ ਇੱਕ ਨਵੀਂ ਕਿ ਇਹ ਵੀ ਮੀਆਂ ਬੀਵੀ ਨੇ ਯਾਰ ਕਿ ਕਿਹਾ ਦੋਸਤਾਨਾ ਤਰੀਕੇ ਨਾਲ ਇਹਨਾਂ ਦੀ ਜ਼ਿੰਦਗੀ ਲਾਈਫ ਗੁਜ਼ਰ ਰਹੀ ਹੈ। ਇਸ ਤਰ੍ਹਾਂ ਦੀ ਮਿਸਾਇਲ ਕਾਇਮ ਹੋਵੇ ਤਾਂ ਜ਼ਿੰਦਗੀ ਦਾ ਮਜ਼ਾ ਆਉਂਦਾ, ਵਰਨਾ ਫਿਰ ਮੈਂ ਜੇ ਪਲੀ ਖਵਾਉਣਾ ਘਰ ਬਹਾ ਕੇ ਬੰਦੇ ਅੱਗੋਂ ਇੱਕ ਤੋਂ ਦੋ, ਦੋ ਤੋਂ ਤਿੰਨ, ਤਿੰਨ ਤੋਂ ਚਾਰ, ਇਹ ਸਿਲਸਿਲਾ ਵੱਧਦਾ ਜਾਂਦਾ, ਘਟਨਾ ਥੋੜ੍ਹੀ ਹੈ। ਅਤੇ ਜੇ ਮੈਂ ਇੰਝ ਹੀ ਕਰਨਾ ਤਾਂ ਫਿਰ ਮੈਂ ਇਕੱਲੀ ਚੰਗੀ, ਮੈਂ ਇੱਥੇ ਆਪਣੇ ਢਾਬੇ 'ਤੇ ਚੰਗੀ, ਆਪੇ ਆਪਣੀ ਨੀਂਦ ਸੋ ਰਹੀ ਹਾਂ, ਆਪਣੀ ਨੀਂਦ ਜਾਗ ਰਹੀ ਹਾਂ। ਠੀਕ ਹੈ, ਅੱਛਾ ਇਹ ਜਿਹੜਾ ਕੰਮ ਕਰ ਰਹੀ ਹੈ ਸਾਰੀ ਆ, ਇਹਦੇ ਪਿੱਛੇ ਫਕਤ ਆਪਣੀ ਜ਼ਾਤ ਵਾਸਤੇ ਕਰ ਰਹੀ ਹਾਂ? ਹਾਂਜੀ। ਅੰਮੀ ਤਾਂ ਤੇਰੇ ਵਾਲਦਾ ਮੇਰੀ 2007 ਨੂੰ ਫੋਤ ਹੋਏ ਸਨ, ਇਹਨਾਂ ਲੀਲਾ ਨਵੇਂ। ਹਾਂਜੀ, ਲੇਕਿਨ ਉਹਨਾਂ ਦਿਨਾਂ ਦੇ ਵਿੱਚ ਮੇਰੇ ਨਾਲ ਆਰਟਿਸਟਾਂ ਨੇ ਤਾਮੁਨ ਕੀਤਾ ਸੀ, ਜਿਨ੍ਹਾਂ ਜਿਹੜਾ ਮੈਂ ਕਹਿ ਸਕਦੀ। ਲੇਕਿਨ 2007 'ਚ ਦੌਰ ਅੱਛਾ ਹੁੰਦਾ ਸੀ ਨਾ, ਉਦੋਂ ਹਰ ਬੰਦਾ ਤਾਂ ਖੁਸ਼ਹਾਲ ਸੀ, ਹੁਣ ਹਰ ਬੰਦਾ ਹੀ ਪਰੇਸ਼ਾਨ ਹੈ। ਉਸ ਵੇਲੇ ਸੇਲ ਸਾਹਿਬ ਨੇ ਮੇਰੀ ਅੰਮੀ ਦੇ ਮੈਡੀਸਨ ਲਾਈ ਹੋਈ ਸੀ ਮਹੀਨੇ ਦੀ, ਸੇਲ ਅਹਿਮਦ ਸਾਹਿਬ। ਹਾਂਜੀ, ਸੇਲ ਅਹਿਮਦ ਸਾਹਿਬ ਨੇ। ਅੱਲਾ ਉਹਨਾਂ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਮੇਰੇ ਨਾਲ ਜਿਹਨੇ ਅੱਛਾ ਕੀਤਾ ਨਾ, ਮੈਂ ਉਹਦੇ ਲਈ ਦੁਆਵਾਂ ਹੀ ਮੰਗਣੀ ਹੈ, ਜਿਹਨੇ ਨਹੀਂ ਵੀ ਕੀਤਾ ਉਹਦੇ ਲਈ ਵੀ ਤੁਸੀਂ ਖੈਰ ਮੰਗੋ, ਹੁਣ ਕੋਈ ਜਾ ਭਲਿਆ ਤੇਰੀ ਖੈਰ ਹੋਵੇ। ਸਖੀ ਸਾਹਿਬ ਨੇ ਸਾਰੇ ਆਰਟਿਸਟਾਂ ਕੋਲੋਂ ਪੈਸੇ ਲੈ ਕੇ, ਉਦੋਂ ਇੱਕ ਸਿਸਟਮ ਹੈਗਾ ਸੀ, ਉਹ ਵੀ ਸਿਸਟਮ ਕੁਛ ਐਸੇ ਲੋਕਾਂ ਨੇ ਆ ਕੇ ਨਾ ਉਹ ਵੀ ਖਤਮ ਕਰ ਦਿੱਤਾ ਆਰਟਿਸਟਾਂ ਦਾ। ਜਰਾ ਕੋਈ ਜ਼ਰੂਰਤ ਹੁੰਦੀ ਸੀ ਕਿਸੇ ਦੀ ਧੀ ਦੀ ਜਾਂ ਕਿਸੇ ਦੀ ਮਾਂ ਬਿਮਾਰ ਹੈ ਜਾਂ ਕਿਸੇ ਬੇਟੀ ਦੀ ਸ਼ਾਦੀ ਹੈ, ਉਹ ਕੁਝ ਐਸੇ ਕਰੈਕਟਰ ਉਸ ਫੀਲਡ ਦੇ ਵਿੱਚ ਵੜ ਗਏ ਜਿਹੜੇ ਹਰ ਹਫ਼ਤੇ ਜਾਂ ਹਰ ਮਹੀਨੇ ਲੈਟਰ ਭਰ ਕੇ ਲੈ ਆਉਂਦੇ ਸਨ, ਇਹ ਮੇਰੀ ਬੱਚੀ ਦੀ ਸ਼ਾਦੀ ਹੈ, ਇਹ ਮੇਰੀ ਅੰਮੀ ਬਿਮਾਰ ਹੈ, ਇਹ ਮੇਰਾ, ਉਹ ਸਿਲਸਿਲਾ ਟੁੱਟ ਗਿਆ। ਉਹ ਸਹੀ ਪੁੱਛਣ ਨਾਲ, ਸਹੀ ਮਾਨਿਆਂ ਨਾਲ ਆਰਟਿਸਟ ਇਹਨਾਂ ਜਗ੍ਹਾ ਤੋਂ ਵੀ ਬਾਗੀ ਹੋਏ ਨੇ ਇਹਨਾਂ ਹਰਕਤਾਂ ਤੋਂ ਕਿ ਯਾਰ ਇਹਨੇ ਤਾਂ ਕੰਮ ਹੀ ਫੜ ਲਿਆ। ਇੱਕ ਵਾਰੀ ਹਰ ਮਹੀਨੇ ਕਿਹੜੀ ਬੇਟੀ ਦੀ ਸ਼ਾਦੀ ਹੁੰਦੀ ਹੈ ਮੈਨੂੰ ਪਹਿਲੇ ਆਹ ਦੱਸੋ। ਇਹ ਤਾਂ ਮੈਂ ਅੱਖੀ ਵੇਖਿਆ ਨਾ, ਮੈਂ ਉਸ ਬੰਦੇ ਨੂੰ ਝਾੜਿਆ ਵੀ ਹੈ, ਮੈਂ ਕਿਹਾ ਕਿੰਨੀਆਂ ਕੁ ਤੇਰੀਆਂ ਬੱਚੀਆਂ ਨੇ, ਤੂੰ ਆਪਣੇ ਆਪ ਨੂੰ ਤੂੰ ਖਰਾਬ ਕਰ ਲਿਆ ਇਸ ਫੀਲਡ ਦੇ ਵਿੱਚ, ਤੇਰੀ ਵਜ੍ਹਾ ਤੋਂ ਹੋਰ ਜ਼ਰੂਰਤਮੰਦ ਵੀ ਵਿਚਾਰੇ ਰਹਿ ਗਏ ਨੇ ਜਿਨ੍ਹਾਂ ਨੂੰ ਜ਼ਰੂਰਤਾਂ ਆਪਸ 'ਚ ਆਰਟਿਸਟ ਰਲ ਕੇ ਕਰ ਲੈਂਦੇ ਸਨ। ਜਦੋਂ ਮੇਰੀ ਵਾਲਦਾ ਬਿਮਾਰ ਸੀ ਨਾ, ਨਸੀਬ ਵਿੱਕੀ ਸਾਹਿਬ ਅੱਲਾ ਉਹਨਾਂ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ,
ਉਦੋਂ ਦੀ ਤੇ ਹੁਣ ਚ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਉਸ ਭਾਈ ਨੇ ਨਾ ਇੰਜ ਜਦੋਂ ਮੈਂ ਦੱਸਿਆ ਨਾ ਜਾ ਕੇ, ਮੈਂ ਕਿਹਾ ਇਸ ਤਰ੍ਹਾਂ ਮੇਰੀ ਅੰਮੀ ਹਸਪੀਟਲ ਦਾਖਲ ਹੈ ਗੰਗਾ ਰਾਮ ਦੇ ਵਿੱਚ, ਅਤੇ ਦਿਮਾਗ ਦੀ ਨਸ ਫਟ ਗਈ ਹੈ, ਅਤੇ ਸਾਰੇ ਇੰਝ ਸਖਤਾ ਨਹੀਂ ਹੋ ਗਿਆ ਜਿਵੇਂ ਇੰਝ ਹੋ ਗਏ ਸਨ ਸਾਰੇ, ਅਤੇ ਹੁਣ ਜਿਹੜਾ ਵੀ ਕੋਈ ਬਿਮਾਰ ਹੋਵੇ ਕੋਈ ਨਹੀਂ ਹੈ ਰਿਹਾ ਵੀ ਹੁਣ ਇਹ ਹੋ ਰਿਹਾ। ਉਦੋਂ ਸਾਰਿਆਂ ਨੂੰ ਇੱਕੋ ਦਮ ਸਖਤਾ ਸੀ ਬਹਾਦਰ ਸਾਹਿਬ ਦਾ, ਅੱਲਾ ਉਹਨਾਂ ਨੂੰ ਜ਼ਿੰਦਗੀ ਦੇਵੇ, ਇੰਝ ਫੜ ਗਏ ਹਾਏ ਮੈਂ ਮਰ ਗਈ, ਇੰਝ ਉਹਨਾਂ ਨੇ ਦਿਲ 'ਤੇ ਹੱਥ ਰੱਖ ਕੇ ਕਿਹਾ, ਅਤੇ ਸਾਰੇ ਇਕੱਠੇ ਹੋ ਗਏ ਉੱਥੇ ਕਿ ਸਾਰਿਆਂ ਨੇ ਮੈਨੂੰ ਪਿਆਰ ਦਿੱਤਾ, ਸਾਰਿਆਂ ਨੇ ਮੈਨੂੰ ਹੌਸਲਾ ਦਿੱਤਾ। ਮੈਂ ਉਹ ਪੁੱਤਰ ਤੈਨੂੰ ਕਿਸੇ ਕਿਸਮ ਦੀ ਵੀ ਜ਼ਰੂਰਤ ਹੋਵੇ ਅਤੇ ਤੂੰ ਨਾ ਘਬਰਾਉਣਾ ਨਹੀਂ, ਅਸੀਂ ਤੇਰੇ ਨਾਲ ਹਾਂ, ਤੇਰੇ ਪਿੱਛੇ ਹਾਂ, ਉਹ ਸਾਡੀ ਮਾਂ ਵੇ, ਤੇਰੀ ਮਾਂ ਵੇ ਅਤੇ ਸਾਡੀ ਵੀ ਹੈ। ਅਤੇ ਹੁਣ 70,000 ਰੁਪਇਆ ਇਕੱਠਾ ਕਰਕੇ ਦਿੱਤਾ ਸੀ ਉਹਨਾਂ ਨੇ ਮੈਨੂੰ ਸਾਰਿਆਂ ਨੇ, ਉਹ ਮੈਂ ਆਪਣੀ ਮਾਲਦਾ ਦੇ ਇਲਾਜ 'ਚ ਲਾਇਆ। ਉਸ ਤੋਂ ਬਾਅਦ ਸੇਲ ਸਾਹਿਬ ਨੇ ਮਹੀਨਾ ਮੇਰੀ ਅੰਮੀ ਦੀ ਮੈਡੀਸਨ ਲਾ ਦਿੱਤੀ, ਅੱਲਾ ਉਹਨਾਂ ਨੂੰ ਵੀ, ਇਹਨਾਂ ਸਾਰੇ ਬਹੁਤ ਅੱਛੇ ਸਨ ਉਸ ਵਕਤ ਦੇ ਵਿੱਚ। ਹੁਣ ਵਕਤ ਦੇ ਨਾਲ ਨਾਲ ਹਰ ਬੰਦਾ ਪਰੇਸ਼ਾਨ ਹੈ, ਉਹ ਹੁਣ ਮੈਨੂੰ ਦੇਵੇ ਜਾਂ ਆਪਣੇ ਘਰ 'ਚ ਲਾਵੇ, ਪਹਿਲੇ ਰੁਪਈਏ 'ਚ ਵਕਤ ਲੰਘ ਜਾਂਦਾ ਸੀ, ਹੁਣ ਰੁਪਈਆ ਹੋ ਗਿਆ 54 ਤੋਂ ਵੀ ਘੱਟ, ਹੈਂ ਬਜਾਇਆ ਤਾਂ 70 120 ਅਤੇ ਨਾਨ ਹੈ 120 145 ਰੁਪਏ ਲੈ ਲਾ। ਕਾਰੋਬਾਰ ਵੀ ਨਾਲ ਨਾਲ ਚੱਲਦਾ ਰਹਿਣਾ, ਕੀ ਕਰੀਏ ਫਿਰ, ਬਿਲਕੁਲ ਚੱਲਦਾ ਰਹਿਣਾ ਚਾਹੀਦਾ। ਹਾਂ ਸਾਡੀ ਇਹ ਸ਼ੇਅਰ ਨਾਲ ਜੀ ਸਾਡੀ ਗੱਲਬਾਤ ਜਿਹੜੀ ਹੈ ਉਹ ਜਾਰੀ ਹੈ। ਸਾਡੀ ਇਹ ਸ਼ੇਅਰ ਚਾਹੁੰਦੀ ਹੈ ਕਿ ਅਗਰ ਕੋਈ ਬੰਦਾ ਉਹਦੇ 'ਤੇ ਕੋਈ ਮਿਹਰਬਾਨੀ ਕਰਨਾ ਚਾਹੁੰਦਾ, ਇੱਕ ਉਹਦੀ ਜ਼ਾਤ ਹੈ, ਇੱਕ ਉਹਦੀ ਜਿੰਦ ਜਾਨ ਹੈ, ਅਤੇ ਅੱਗੋਂ ਉਹਨੂੰ ਮਤਲਬ ਕੋਈ ਐਸਾ ਸ਼ਖਸ ਮਿਲ ਜਾਏ ਜਿਹੜਾ ਅੱਲਾ ਦੀ ਰਜ਼ਾ ਵਾਸਤੇ ਜਿਹੜਾ ਉਹ ਜੰਨਤ 'ਚ ਘਰ ਜਿਹੜਾ ਉਹ ਖਰੀਦਣਾ ਚਾਹੇ ਔਰ ਨੇਕ ਨੀਤੀ ਨਾਲ ਉਹਦਾ ਹੱਥ ਫੜ ਲਵੇ ਔਰ ਉਹਦੇ ਨਾਲ ਜ਼ਿੰਦਗੀ ਜਿਹੜੀ ਹੈ ਉਹ ਅੱਛੇ ਤਰੀਕੇ ਨਾਲ ਗੁਜ਼ਾਰੇ, ਅਤੇ ਸਾਡੀ ਉਹਦੇ ਨਾਲ ਜਨਾਬ ਰਹਿਣ ਨੂੰ ਵੀ ਤਿਆਰ ਹੈ, ਜ਼ਿੰਦਗੀ ਗੁਜ਼ਾਰਨ ਨੂੰ ਵੀ ਤਿਆਰ, ਔਰ ਕੋਈ ਐਡੀ ਵੱਡੀ ਗੱਲ ਨਹੀਂ। ਅੱਲਾ ਦੀ ਕਾਇਨਾਤ ਬੜੀ ਵੱਡੀ ਹੈ ਔਰ ਬੜੇ ਬੜੇ ਵੱਡੇ ਦਿਲ ਦੇ ਲੋਕ ਜਿਹੜੇ ਨੇ ਜਿਹਨਾਂ ਦੇ ਦਿਲ 'ਚ ਅੱਲਾ ਪਾਕ ਨੇ ਜਿਹੜਾ ਰਹਿਮ ਪਾਇਆ ਹੋਇਆ ਉਹਨਾਂ ਨੂੰ ਰਹਿਮ ਕਰਨਾ ਵੀ ਆਉਂਦਾ। ਅਤੇ ਇੰਨੀ ਕੁ ਜਨਾਬ ਉਹਦੀ ਇੱਕ ਛੋਟਾ ਜਿਹਾ ਸੁਪਨਾ, ਇੱਕ ਛੋਟੀ ਜਿਹੀ ਖੁਆਇਸ਼ ਜਿਹੜੀ ਵੀ ਹਰ ਔਰਤ ਦੀ ਹੁੰਦੀ ਹੈ, ਅਤੇ ਔਰਤ ਦਾ ਘਰ ਵੀ ਜਿਹੜਾ ਚਾਰ ਦੀਵਾਰੀ ਹੈ, ਮੈਂ ਸਮਝਦਾ ਕਿ ਔਰਤ ਬਾਜ਼ਾਰ ਦੀ ਜਾਂ ਫੁੱਟਬਾਲ 'ਤੇ ਬੈਠਦੀ ਹੈ ਚੰਗੀ ਲੱਗਦੀ, ਔਰਤ ਆਪਣੇ ਘਰ 'ਚ ਅੱਛੀ ਲੱਗਦੀ ਹੈ, ਔਰਤ ਨੂੰ ਆਪਣੇ ਘਰ 'ਚ ਹੀ ਹੋਣਾ ਚਾਹੀਦਾ। ਔਰ ਇਨਸ਼ਾਅੱਲਾ ਅੱਲਾ ਦੇ ਘਰ 'ਚ ਦੇ ਰਹੇ ਹੁੰਦੇ ਨਹੀਂ, ਮੈਨੂੰ ਉਮੀਦ ਹੈ ਕਿ ਯਕੀਨਨ ਕੋਈ ਨਾ ਕੋਈ ਐਸਾ ਫਰਕ ਉੱਠੇਗਾ, ਨਿਕਲੇਗਾ, ਚੱਲੇਗਾ। ਔਰ ਇਨਸ਼ਾਅੱਲਾ ਇੱਕ ਦਿਨ, ਅੱਜ ਮੈਂ ਯਕੀਨ ਨਾਲ ਬੈਠ ਕੇ ਗੱਲ ਕਰ ਰਿਹਾ ਖੁੱਲ੍ਹੇ ਅਸਮਾਨ ਥੱਲੇ, ਕਿ ਉਹ ਸਾਦੀਆਂ ਸ਼ੇਖ ਨੂੰ ਲੈ ਜਾਏਗਾ ਔਰ ਸਾਦੀਆਂ ਫਿਰ ਟਿੱਕੇ ਖੁਆਬ ਨਹੀਂ ਵੇਚੇਗੀ, ਫਿਰ ਉਹਨੂੰ ਟਿੱਕੇ ਖੁਆਬ ਖਵਾਵਾਂਗੀ ਨਾ, ਉਹਨੇ ਕਹਿਣਾ ਉੱਥੇ ਤਾਂ ਬੜੇ ਖੁਆਬ ਲਾਨੀ ਤੁਹਾਨੂੰ ਇੱਥੇ ਲਾ ਕੇ। ਅੱਛਾ ਜੀ, ਅਤੇ ਇਹ ਦੱਸੋ ਕਿ ਇੱਧਰੋਂ 12,000 ਦੀ ਵਸੂਲੀ ਪਾ ਲਈ ਹੈ ਕਿ ਨਹੀਂ ਜਿਹੜੇ ਗੌਰਮੈਂਟ ਕੋਲੋਂ? ਨਹੀਂ, ਮੈਂ ਐਪਲੀਕੇਸ਼ਨ ਤਾਂ ਦਿੱਤੀ ਸੀ ਪਰ ਕੋਈ ਉਹਦਾ ਰਿਸਪੋਂਸ ਹੀ ਨਹੀਂ ਆਇਆ। ਨੰਬਰ ਭੇਜਿਆ ਸੀ ਉਹ ਕਿ ਉਹ ਨੈੱਟ ਦੇ ਉੱਤੇ ਜਾ ਕੇ ਪਲੇ ਸਟੋਰ 'ਤੇ ਉਹਨੂੰ ਡਾਊਨਲੋਡ ਕਰੋ ਪਹਿਲੇ, ਅਤੇ ਉਸ ਤੋਂ ਬਾਅਦ ਫਿਰ ਉਹਦੇ ਉੱਤੇ ਸਾਰਾ ਐਡਰੈਸ ਆਪਣਾ ਸਾਰਾ ਆਈਡੀ ਕਾਰਡ ਨੰਬਰ, ਉਹ ਮੈਂ ਸਾਰਾ ਕੁਛ ਭੇਜਿਆ ਸੀ ਲੇਕਿਨ ਕੁਛ ਨਹੀਂ। ਪਤਾ ਨਹੀਂ ਹਕੂਮਤ ਕਿਹਨਾਂ ਨੂੰ ਦੇ ਰਹੀ ਹੈ, ਮੈਨੂੰ ਨਹੀਂ ਸਮਝ ਆ ਰਹੀ, ਜਾਂ ਹਕੂਮਤ ਮੇਰੇ ਖਿਲਾਫ਼ ਹੈ ਕਿ ਮੈਂ ਹਕੂਮਤ ਦੇ ਖਿਲਾਫ਼ ਹਾਂ। ਕੋਈ ਮੈਸੇਜ ਨਹੀਂ ਆਇਆ, ਮੈਂ ਐਪਲੀਕੇਸ਼ਨਾਂ ਤੱਕ ਦਿੱਤੀਆਂ ਨੇ ਕਿ ਮੇਰੀ ਹੈਲਪ ਕੀਤੀ ਜਾਏ, ਮੈਂ ਇਸ ਤਰ੍ਹਾਂ ਪਰੇਸ਼ਾਨ ਹਾਂ। ਇਹ ਅਸੀਂ ਨਾ ਆਰਟਿਸਟ ਲੋਕ ਨਾ ਅਸੀਂ ਅੰਦਰੋਂ ਦੁਖੀ ਹੁੰਦੇ ਹਾਂ, ਲੇਕਿਨ ਦੁਨੀਆ ਦੇ ਦਿਖਾਵੇ ਲਈ ਅਸੀਂ ਮੁਸਕਰਾ ਰਹੇ ਹੁੰਦੇ ਹਾਂ ਅਤੇ ਦੁਨੀਆ ਸਾਨੂੰ ਇਹ ਨਾ ਸਮਝੇ, ਕਹਿ ਰਹੇ 24 ਘੰਟੇ ਦੇ ਭੁੱਖੇ ਨੰਗੇ ਨਾ, ਸਹੀ ਕਿ ਨਹੀਂ? ਲੇਕਿਨ ਆਰਟਿਸਟ ਜਿੰਨਾ ਅਹਿਸਾਸ ਦਿੰਦੇ ਨਾ ਕੋਈ ਵੀ ਨਹੀਂ ਹੈਗਾ ਜੀ। ਜੀ ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਨਹੀਂ ਗੱਲ ਦੱਸਣੀ ਆ, ਤੁਹਾਡੀ ਗੱਲ ਟੋਕ ਰਹੀ ਹੈ ਫਿਰ ਮੈਂ ਸੋਰੀ। ਜਿਸ ਦਿਨ 2007 ਦੇ ਵਿੱਚ ਮੇਰੀ ਵਾਲਾ ਹੋਸਪਿਟਲ 'ਚ ਦਾਖਲ ਸਨ ਨਾ, ਅਤੇ ਮੈਂ ਇੱਕ ਪ੍ਰੋਡਿਊਸਰ ਕੋਲੋਂ 1200 ਰੁਪਏ ਲੈਣੇ ਸਨ, ਕੋਈ ਮਾਮੂਲੀ ਰਕਮ ਹੈ, 1200 ਕੋਈ ਵੱਡੀ ਰਕਮ ਨਹੀਂ ਗਈ, ਅਤੇ ਮੈਂ ਉਹਦੇ ਕੋਲ ਗਈ ਹਾਂ, ਮੈਂ ਕਿਹਾ ਜੀ ਉਹ ਇਸ ਤਰ੍ਹਾਂ ਮੇਰੀ ਆਂਸੂ ਮੇਰੀਆਂ ਅੱਖਾਂ 'ਚ ਰੁਕਦੇ ਨਹੀਂ ਸੀ ਪਏ, ਕਿਉਂਕਿ ਮੇਰੀ ਇੱਕੋ ਹੀ ਮਾਂ, ਸਾਰਿਆਂ ਦੀ ਇੱਕੋ ਹੀ ਮਾਂ ਹੁੰਦੀ ਹੈ, ਲੇਕਿਨ ਮੇਰੀ ਉਹ ਮਾਂ ਵੀ ਸੀ, ਮੇਰੀ ਸਹੇਲੀ ਵੀ ਸੀ, ਕਿਉਂਕਿ ਮੈਂ ਇਕੱਲੀ ਸਾਂ, ਮੇਰੀ ਮਾਂ ਮੇਰੇ ਨਾਲ ਸੀ, ਦੁੱਖ ਸੁੱਖ ਦੀ ਸਾਥੀ। ਅਤੇ ਉਸ ਪ੍ਰੋਡਿਊਸਰ ਕੋਲ ਮੈਂ ਗਈ, ਮੈਂ ਕਿਹਾ ਇਸ ਤਰ੍ਹਾਂ ਕਰਕੇ ਮੇਰੀ ਵਾਲਦਾ ਹੋਸਪਿਟਲ ਦਾਖਲ ਨੇ,
तो मेरे कुछ पैसे तुहाडे रहिंदे ने, मैनू दे दिओ ते बाकी अगों मैं ड्रामा नहीं जे करना ले जिन्नी देर तक मेरी वालदा ठीक नहीं हो जाते। उस अल्लाह दे बंदे ने मेरे पैसे नहीं दिते, नहीं दिते। कहंदा पहले एंट्री कर फिर तेनू पैसे मिलेंगे, ड्रामा कर ही उस तो बाद अज आखिरी पहले ड्रामे का है आखिरी दिन उदे तो एंट्री करके जा फिर तेन यह जानम लोग भी बेचे गए हैं। तो मैं फिर एंट्री की थी, तीन नंबर हाल से एंट्री की थी, ड्रामा दो नंबर हाल से कोई प्रोग्राम से तो ड्रामा तीन नंबर हाल से शिफ्ट हो गया। तो एंट्री की थी जो मैं ते दुनिया उन्हें हसा रही सा, अंदरों मैं रो रही सी, मेरी माँ जिंदगी मौत दियाँ घड़ियाँ गिनती पई है। तो मैं इतने ना ही पैसे लैन आँगी की सी 1200 रुपया से, तो मैं अपनी माँ के कोल तो होंगी ना। अच्छा साड़ी अल्लाह पाक तुहाड़े वास्ते आसानियां फरमाए। पहले लोगों का तो मैं नहीं पता कि कौन कौन आया, कौन कौन इंटरव्यू लै गया, लेकिन मैं आन कैमरा ये प्रोमिस करके जा रहा हूँ। इंशाल्लाह आप फजले खुदा मैं कैमरे च कह रहे हैं कि तेरा साड़ा इधर तलक नहीं। मैं तो उम्मीद कर रहा सी कि इन्ने इंटरव्यू होए ने, इन्ने लोगों ने देखे है, तो वो सादिया वास्ते किसी ना किसी ने तो मतलब कोई जोड़ा वो आसानी का जरिए जो पैदा कर दिता होगा, लेकिन दूसरे का मन नहीं पता। मैं इंशाल्लाह बहुत जल्द वापस लौट के आवांगा और कोई अच्छा सरप्राइज़ लै के, कोई अच्छी खुशखबरी लै के इंशाल्लाह, क्योंकि मेरे चैनल दे देखने वाले जिहड़े व्यूअर्स ने मैनू उन्हां ते बड़ी उम्मीद है, और मेरे चैनल दे बहुत बहुत अच्छे लोग मेरे व्यूअर्स ने जिन्होंने माशाल्लाह मेरा ख्याल है कि इस टाइम दर्जना नहीं 100 आर्टिस्ट जिहड़े ने उन्होंने जिस तरह भी मुस्तफीद हो सके ने, इतों लोगों के दो दो तीन तीन लख के भी काम हुए ने, लख लख के भी हुए ने, पाँह हज़ार के भी हुए ने। मैनू किसी ने एक कुर्सी तक नहीं लिया के दी कि लै तू आ कुर्सी ला लै, चार कुर्सियाँ एक टेबल ही ले लै ना, किसी प्रोड्यूसर ने। देखो और जिनी देर तक थोड़े ख्वाबों का शहजादा नहीं ना मिलता, उन्नी देर तक यह जरा कुर्सियाँ वाला काम ये वो ये इंशाल्लाह मैं हफ्ते दो हफ्ते तक आवांगा। मैं आन कैमरा कह के जा रहे हैं, ये जिहड़ी चीज़ की जरूरत होएगी मैं कॉल करके पूछांगा, ठीक है, तो वह जनाब तुहानूं असीं देंगे मिलेगी। ये तुहाडे नाल बंदा ना चीज़ का वादा इंशाल्लाह। तो ये जनाब तुहानूं जस्ट इदों पहले ईद ते तुहाडी दुकान लगेगी तो एक नवी सैटिंग होएगी इंशाल्लाह, ये साडा तुहाडा प्रोमिस हो गया। अल्लाह अल्लाह तुहानूं जिंदगी तंदुरुस्ती दे, रब सोना ताडे भी रिजल्ट इजाफा कराए। मैं अगर लालच होंगी ना फील्ड के बिच तो फिर मैं फट्टा ना होंगे मेरे को। जिन आदमी शोबिज के बिच, शोबिज की दुनिया जी है वो बड़ी ही रंगीन दुनिया, इस कदर रंगीन है कि जिते भंवरे जड़े ने उन्होंने तादाद बहुत ज़्यादा है, और अगर किसी ने फायदा उठाना हो तो फिर उन्होंने अतिके को आप रोड से बह के कट्टा पकड़ की कोई जरूरत नहीं। ट्रक गुजर रहे, ट्रालियाँ गुजर रही ने, बार बार शां शां कन्ना च आवाज़ पै रही है, दिमाग से प्रैशर पैदा है, लेकिन सादिया शेख ने मेहनत में ही वो रस्ता जिहड़ा अल्लाह ताला ने कहा है कि आप तुसी मेहनत करो और ये सुन्नत है इंशाल्लाह, और ये अजर अल्लाह को महफूज है। अल्लाह रब्बुल इज्जत की जात पता नहीं तेरे ते कितनी खुश होएगी, तू किसी के हाथ नहीं फैलाया, कोई चोरी नहीं की थी, कोई गलत रस्ता नहीं चूज किया, और अपनी मेहनत में तरजीह दी है और अल्लाह के हुक्म की पासदारी की है। तो अल्हम्दुलिल्लाह दुनिया के बड़े बड़े अजीम लोग ने इंशाल्लाह, बड़े बड़े अच्छे लोग भी दुनिया से ही ने है ने जड़े है ने, अल्लाह उन्होंने जिंदगी तंदुरुस्ती दे, जड़े नहीं भी है अल्लाह उन्होंने भी जिंदगी तंदुरुस्ती और अकल, वो भी बंदा दुनिया ते ही है जिन्हें तुम लेके जाना ओ मैंने उत्ते ही ले जाएगा हुन उत्ते दी तैयारियां करो हुन अल्लाह अल्लाह करो इंशाल्लाह लेके जाएगा तन्नू, और बकायदा ढोल वाजे ना लेके जाएगा, गज वाज के लेके जाएगा और बहुत जल्द लेके जाएगा। अल्लाह बेहतर करन अल्लाह ने शायद वो सोने रब दी देर है दुरुस्त है। कहते ना उम्मीद होना कुफर है,
ਤੇ ਮੈਂ ਆਪਣੇ ਸੋਹਣੇ ਰੱਬ ਕੋਲੋਂ ਨਾ ਉਮੀਦ ਨਹੀਂ ਹੈਗੀ। ਹੁਣ ਮੇਰੇ ਰੱਬ ਨੇ ਮੈਨੂੰ ਸਾਰੇ ਕਹਿੰਦੇ ਨੇ, ਇੱਕ ਮੈਂ ਉਹ ਤੁਹਾਨੂੰ ਗੱਲ ਦੱਸਾਂ, ਜਿੱਥੇ ਇੰਨੀਆਂ ਹੋਈਆਂ ਨੇ ਉੱਥੇ ਦੋ ਘੋੜ ਸਹੀ। ਹੁਣ ਸਾਰੇ ਕਹਿੰਦੇ ਨੇ ਤੂੰ ਵਿਆਹ ਨਹੀਂ ਕਰਦੀ, ਤੂੰ ਇੰਜ ਨਹੀਂ ਕਰਦੀ, ਤੂੰ ਉਂਝ ਨਹੀਂ ਕਰਦੀ। ਮੈਂ ਕਿਹਾ ਹਰ ਕੰਮ ਦਾ ਇੱਕ ਵਕਤ ਮੁਕਰਰ ਹੈ, ਔਰ ਜਦੋਂ ਵਕਤ ਆਉਣਾ ਨਾ ਤਾਂ ਮੇਰੇ ਰੱਬ ਸੋਹਣੇ ਨੇ ਇਹੋ ਜਿਹਾ ਕਰਨਾ ਨਾ ਮੇਰਾ ਵਕਤ ਕਿ ਲੋਕਾਂ ਨੇ ਵੇਖਦੇ ਰਹੇ ਨਾ ਇਹ ਕੀ ਹੋਇਆ। ਕਿਹੜੀ ਗੱਲ ਹੈ, ਮਤਲਬ ਅੱਲਾ ਪਾਕ ਨੇ ਤੇਰੀ ਉਹੀ ਨਾ ਕਿ ਅੱਲਾ ਨੇ ਅੱਖਾਂ ਹੀ ਖੋਲ ਲੈਣੀਆਂ ਲੋਕਾਂ ਦੀਆਂ ਜੀ ਹਾਂ, ਕਿ ਇਹੀ ਹੋ ਜਾਣਾ ਕਿ ਇਹ ਤੇ ਇਹ ਸੀ ਪੱਟੇ 'ਤੇ ਬੈਠੀ ਟਿੱਕੇ ਲਾਉਂਦੀ ਸੀ ਡਰਾਮੇ ਕਰਦੀ ਸੀ ਅਤੇ ਹੁਣ ਇਹ ਕੀ ਉਹ ਫਿਰ ਅੱਲਾ ਰੱਬ ਨੇ ਇਹ ਕਰਨਾ ਜੇ ਮੈਨੂੰ ਸੋਹਣੇ ਰੱਬ ਅਤੇ ਆਪਣੇ ਨਬੀ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦੇ ਆਸਰੇ 'ਤੇ ਮੈਨੂੰ ਇਹੀ ਉਮੀਦ ਹੈ ਕਿ ਮੇਰਾ ਰੱਬ ਸੋਹਣਾ ਕਰੇ ਜੀ। ਇਨਸ਼ਾਅੱਲਾ ਉਹ ਦਿਨ ਬਹੁਤ ਜਲਦ ਆਏਗਾ, ਬਹੁਤ ਜਲਦ ਆਏਗਾ। ਔਰ ਸਾਡੇ ਵੀਵਰਸ ਵਾਸਤੇ ਕੀ ਪੈਗਾਮ ਹੈ ਤੁਹਾਡੀ ਤਰਫੋਂ? ਮੈਂ ਇਹੀ ਕਹਾਂਗੀ ਕਿ ਆਪਣੇ ਵੀਵਰਸ ਨੂੰ ਕੀ ਕਹਾਂ, ਇੰਨਾ ਕੁਛ ਤਾਂ ਕਹਿ ਦਿੱਤਾ। ਇਹੀ ਕਹਾਂਗੀ ਕਿ ਦੇਖੋ ਗਰੀਬ ਆਦਮੀ ਜਿਹੜਾ ਵੀ ਜਾਂ ਔਰਤ ਹੈ ਜਾਂ ਮਰਦ ਹੈ ਜਾਂ ਜੋ ਮਜਬੂਰ ਹੈ, ਪਲੀਜ਼ ਉਹਨਾਂ ਦੀ ਕੋਈ ਹੈਲਪ ਕਰਨ, ਹਕੂਮਤ ਵੀ ਜਾਂ ਕੋਈ ਜਿਹੜਾ ਐਸਾ ਸਾਬ ਹਸੀਅਤ ਹੈ ਉਹਨੂੰ ਵੀ ਚਾਹੀਦਾ ਹੈ ਕਿ ਆਪਣੇ ਮਾਰੇ ਬੰਦੇ ਦੇ ਸਿਰ 'ਤੇ ਹੱਥ ਰੱਖੇ, ਉਹਦੀ ਮਤਲਬ ਕਿ ਹੌਸਲਾ ਅਫਜ਼ਾਈ ਕਰੇ। ਚਲੋ ਕੁਛ ਦੇਰ ਹੀ ਨਾ ਸਕਦੇ ਅਤੇ ਉਹਨੂੰ ਡੀਗ੍ਰੇਡ ਵੀ ਨਾ ਕਰਨ, ਡੀਗ੍ਰੇਡ ਨਾ ਕਰੋ, ਅੱਲਾਹ ਅਕਬਰ, ਉਹਨੂੰ ਡੀਗ੍ਰੇ, ਉਹਨੂੰ ਇਹਨੂੰ ਨੀਚਾ ਵੀ ਨਾ ਇੰਨਾ ਦਿਖਾਓ। ਵੱਡੀ ਗੱਲ ਹੈ, ਉਹਨੂੰ ਕਹੋ ਚੱਲ, ਉਹਨੂੰ ਉਂਝ ਬੰਦਾ ਹੈ ਪੁੱਛ, ਕੋਈ ਗੱਲ ਨਹੀਂ, ਅੱਲਾਹ ਖੈਰ ਕਰੇਗਾ ਜੀ ਜੀ। ਇੰਨੇ 'ਚ ਉਹਦੇ ਦਿਲ 'ਚੋਂ ਕਿੰਨੀਆਂ ਕੁ ਦੁਆਵਾਂ ਨਿਕਲਣਗੀਆਂ ਅੱਲਾਹ ਜਾਣਦਾ ਹੈ। ਉਹਦੀ ਗੁਰਬਤ ਨੂੰ ਅਹਿਸਾਸ ਨਾ ਦਵਾਓ, ਉਹਨੂੰ ਇਹ ਮਿਹਣੇ ਨਾ ਮਾਰੋ ਕਿ ਯਾਰ ਤੂੰ ਮਤਲਬ ਹੁਣ ਜਿਹੜਾ ਵਕਤ ਆ ਗਿਆ ਨਾ ਗਰੀਬ ਤਰ ਜਰਾ ਨਾ ਉਹ ਗਰੀਬ ਤਰ ਹੋ ਗਿਆ ਅਤੇ ਅਮੀਰ ਜਰਾ ਅਮੀਰ ਤਰ ਹੋ ਗਿਆ ਅਤੇ ਗਰੀਬ ਨੂੰ ਤਾਂ ਉਂਝ ਹੀ ਉਹਨੂੰ ਜੁੱਤੀ ਦੀ ਨੋਕ 'ਤੇ ਲਿਖਿਆ ਅਤੇ ਗਰੀਬ ਕਿੱਥੇ ਜਾਏਗਾ। ਚਲੋ ਅੱਲਾ ਪਾਕ ਆਪਣੀ ਰਹਿਮਤ ਰੱਖੇ। ਅਤੇ ਕੁਝ ਮੈਂ ਆਪਣੀ ਆਰਟਿਸਟਾਂ ਨੂੰ ਜਿਹੜੀਆਂ ਨੇ ਉਹਨਾਂ ਨੂੰ ਵੀ ਕਹਿਣਾ ਚਾਹ ਰਹੀ ਹਾਂ ਕਿ ਪਲੀਜ਼ ਅਗਰ ਇਸ ਫੀਲਡ 'ਚ ਆਈ ਹੋਵਾਂ ਜਾਂ ਕੁਛ ਬਣਾ ਲੈਣਾ ਔਰ ਇੱਜ਼ਤ ਕਮਾ ਲੈਣਾ। ਜ਼ਲਾਲਤ 'ਚ ਕੁਛ ਨਹੀਂ ਪਿਆ, ਸਿਰਫ਼ 3 ਸਾਲ ਦੀ ਜ਼ਿੰਦਗੀ ਆਰਟਿਸਟ ਦੀ, ਡਾਂਸਰ ਆਰਟਿਸਟ ਦੀ 3 ਸਾਲ ਦੇ ਵਿੱਚ ਕਲਿੱਕ ਹੋ ਗਈ ਅਤੇ ਗਈ, ਵਰਨਾ ਉਹ ਹਾਰ ਗਈ। ਸਾਰੀ ਜ਼ਿੰਦਗੀ ਹੋਈ ਹੈ, ਸਾਰੀ ਜ਼ਿੰਦਗੀ ਧੱਕੇ ਹੀ ਨੇ ਆਉਂਦੇ। ਲੇਕਿਨ ਮੈਂ ਤਾਂ ਤੁਹਾਨੂੰ ਪਤਾ ਹੀ ਹੈ ਤੁਹਾਡੇ ਕੋਲ ਕਿਹੜਾ ਮੇਰਾ ਕੋਈ ਲੁਕਿਆ, ਨਾ ਮੈਂ ਕੋਈ ਡਾਂਸਰ ਹੈਗੀ ਸਾਂ, ਨਾ ਉਹ ਮੈਂ ਖੱਲੇ ਖੁੱਲ੍ਹੇ ਗਲੇ ਪਾਏ ਨੇ, ਨਾ ਉਹ ਮੈਂ ਲਾਚੇ ਲੂੰਗੀਆਂ ਪਾਈਆਂ ਨੇ, ਸਿੱਧੀ ਸ਼ਲਵਾਰ ਕਮੀਜ਼ ਪਾਈ ਹੈ ਅਤੇ ਐਂਟਰੀ ਕੀਤੀ ਹੈ ਅਤੇ ਸਲਾਮ ਅਲੈਕੁਮ ਘਰ। 10 ਵਜੇ ਡਰਾਮਾ ਸ਼ੁਰੂ ਹੋਇਆ ਅਤੇ 11 ਵਜੇ ਮੈਂ ਘਰ ਹਾਂ, ਜੇ 11 ਵਜੇ ਡਰਾਮਾ ਸ਼ੁਰੂ ਹੋਇਆ ਤਾਂ 11:30 ਮੈਂ ਘਰ ਹਾਂ, ਆਪਣਾ ਕੰਮ ਕਰਨੀ ਸੀ ਤਾਂ ਮੈਂ ਨਿਕਲ ਆਉਂਦੀ ਸੀ। ਮੈਨੂੰ ਜਿੰਨਾ ਜੋ ਵੀ ਸਪੋਰਟ ਦਿੱਤੀ ਮੇਰੇ ਅੱਲਾ ਨੇ ਦਿੱਤੀ, ਮੈਨੂੰ ਦੁਨੀਆ ਨੇ ਕੁਛ ਨਹੀਂ ਦਿੱਤਾ ਜੀ। ਨਾ ਦਿਨ ਅੱਜ ਦਾ ਜਿਹੜਾ ਇੰਟਰਵਿਊ ਹੈ, ਖਾਲੀ ਇੰਟਰਵਿਊ ਨਹੀਂ, ਸਾਡੇ ਸਮਝਣ ਔਰ ਸੋਚਣ ਦੀ ਵੀ ਗੱਲ ਹੈ, ਲੰਮਾ ਫਿਕਰੀਆ ਔਰ ਸਾਨੂੰ ਸੋਚਣਾ ਹੋਏਗਾ। ਔਰ ਇਹ ਸਮਝ ਲਓ ਕਿ ਐਸੇ ਜਿਹੜੇ ਮੌਕੇ ਹੁੰਦੇ ਨੇ, ਅਸੀਂ ਅਗਰ ਕੁਛ ਕਰਨੇ ਆ ਤਾਂ ਇਸ ਤਰ੍ਹਾਂ ਦੇ ਲੋਕਾਂ 'ਤੇ ਅਸੀਂ ਮਿਹਰਬਾਨੀ ਨਹੀਂ ਕਰਦੇ। ਪੈਸੇ ਨੂੰ ਪੈਸੇ ਨੂੰ ਸਲਾਮ। ਇਹੋ ਜਿਹੇ ਲੋਕ ਸਾਡੇ 'ਤੇ ਮਿਹਰਬਾਨੀ ਕਰਦੇ ਨੇ ਜਿਹੜੇ ਸਾਨੂੰ ਮੌਕਾ ਦਿੰਦੇ ਨੇ ਅੱਲਾ ਦੇ ਕਰੀਬ ਹੋਣ ਦਾ। ਆਪਣੇ ਅਗਰ ਜ਼ਿੰਦਗੀ 'ਚ ਸਾਡੇ ਕੁਛ ਕੁਛ ਗਲਤ ਹੋਇਆ ਤਾਂ ਉਹਨੂੰ ਸੁਧਾਰਨ ਦਾ। ਔਰ ਹਰ ਬੰਦਾ ਜਿਹੜਾ ਵੀ ਖੁਆਇਸ਼ ਰੱਖਦਾ ਕਿ ਮੈਂ ਉਹ ਜੰਨਤ ਉਲ ਫਰਦੋਸ ਜਾਵਾਂ, ਇਹ ਸਿੱਧਾ ਰਸਤਾ ਹੈ, ਉੱਥੇ ਹੀ ਜਾਂਦਾ ਇਨਸ਼ਾਅੱਲਾ। ਅਤੇ ਮੈਨੂੰ ਉਮੀਦ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਇਹਦੇ 'ਤੇ ਗੌਰ ਕਰਨਗੇ, ਸੋਚਣਗੇ, ਇਹਦੇ ਕਮੈਂਟਸ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ, ਔਰ ਇਨਸ਼ਾਅੱਲਾ ਤੁਹਾਡੇ ਰਿਪਲਾਈ ਦਾ ਸਾਨੂੰ ਇੰਤਜ਼ਾਰ ਰਹੇਗਾ, ਮੈਨੂੰ ਵੀ ਔਰ ਸਾਦੀਆ ਨੂੰ। ਅਤੇ ਲਓ ਜਨਾਬ, ਸਾਦੀਆ ਸ਼ੇਖ ਅਤੇ ਬੰਦਾ ਨਾ ਚੀਜ਼ ਪਾਕਿਸਤਾਨ ਬਾਬਰ ਬੇਗ ਨੂੰ ਦਿਓ ਇਜਾਜ਼ਤ, ਚਲਦਿਆਂ ਚਲਦਿਆਂ ਪਿਆਰੇ ਦੇਸ਼ 'ਤੇ ਨਾ ਇੱਕ ਪਿਆਰਾ ਜਿਹਾ ਨਾਰਾ, ਪਾਕਿਸਤਾਨ ਜ਼ਿੰਦਾਬਾਦ।